ਜਿਹੜੋ ਪੰਜਾਬ ਛੱਡਿਆ ਸੀਗਾ ਤਾਂ ਇੱਕ ਬੈਟਰ ਲਾਈਫ ਦੇ ਲਈ ਛੱਡ ਕੇ ਆਏ ਸੀਗੇ ਮੈਕਸਿਮਮ ਮੇਰੇ ਨਾਲ ਦੇ ਬਹੁਤ ਲੋਕ ਦੋਸਤ ਮਿੱਤਰ ਹੋਣਗੇ ਜਿਹੜੇ ਚੰਗੀਆਂ ਜੌਬਾਂ ਦੇ ਉੱਤੇ ਹੋਣਗੇ ਔਰ ਇੱਕ ਬੈਟਰ ਲਾਈਫ ਦੇ ਲਈ ਉਹਨਾਂ ਨੇ ਕੈਨੇਡਾ ਕੰਟਰੀ ਨੂੰ ਚੂਜ਼ ਕੀਤਾ ਕਿਉਂ ਕਿਉਂਕਿ ਕੈਨੇਡਾ ਕੰਟਰੀ ਇੱਕ ਐਸੀ ਕੰਟਰੀ ਸੀਗੀ ਜਿਹਨੂੰ ਇੱਕ ਉਹ ਕੰਟਰੀ ਕਿਹਾ ਜਾਂਦਾ ਕਿ ਜਿੱਥੇ ਕ੍ਰਾਈਮ ਹੀ ਕੋਈ ਨਹੀਂ ਪੀਸਫੁਲ ਲਾਈਫ ਆ ਪਰ ਸਭ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਆ ਉਹ ਇਹ ਹੈ ਕਿ ਜਿਹੜੀ ਸਾਡਾ ਪੰਜਾਬੀ ਕਮਿਊਨਿਟੀ ਆ ਸਾਡਾ ਪੰਜਾਬੀ ਭਾਈਚਾਰਾ ਉਹਨਾਂ ਦਾ ਜਿਹੜਾ ਨਾਮ ਆ ਉਹ illegal activities ਜਿਹਦੇ ਵਿੱਚ ਆਪਾਂ ਕਾਰਾਂ ਚੋਰੀ ਕਹਿ ਦਈਏ ਵੈਪਨ ਰੱਖਣ ਦੀ ਗੱਲ ਕਰਦੀਏ ਆਪਣੇ ਇਲੀਗਲ ਜਿਹੜੀ ਹੈਗੀ ਆ ਜੀ ਡਰੱਗ ਦੇ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਕਰ ਲਈਏ ਉਹ ਸਾਰਿਆਂ ਦੇ ਵਿੱਚ ਜਿਹੜਾ ਇੱਕ ਮੇਨ ਨਾਮ ਆ ਉਹ ਪੰਜਾਬੀਆਂ ਦਾ ਆ ਰਿਹਾ ਜਿਹੜਾ ਕਿ ਇੱਕ ਬਹੁਤ ਹੀ ਸ਼ਰਮਨਾਕ ਆਪਾਂ ਗੱਲਾਂ ਜਿਹੜੀ ਕਹਿ ਸਕਦੇ ਜਿੱਦਾਂ ਫਾਕਲੈਂਡ ਬੀਸੀ ਦੇ ਵਿੱਚ ਇੱਕ ਬੜਾ ਹਜ਼ਾਰਕ ਬੰਦਿਆਂ ਦੀ ਗਿਣਤੀ ਵਾਲਾ ਪਿੰਡ ਸੀ ਛੋਟਾ ਜਿਹਾ ਪਿੰਡ ਆ ਉੱਥੇ ਕੈਨੇਡਾ ਦੀ ਹਿਸਟਰੀ ਦੀ ਸਭ ਤੋਂ ਵੱਡੀ ਡਰੱਗ ਲੈਬ ਪੜੀ ਗਈ బిਗੇਸਟ ਡਰੱਗ ਲੈਬ ਇਨ ਦੀ ਹਿਸਟਰੀ ਆਫ ਕੈਨੇਡਾ ਖਰੇਕ ਤੰਦੇ ਦੇ ਵਿੱਚ ਪੰਜਾਬੀਆਂ ਦਾ ਜਦੋਂ ਨਾਮ ਆ ਜਾਂਦਾ ਨਾ ਤਾਂ ਫਿਰ ਇੱਕ ਵਾਰ ਤਾਂ ਅਨਮੋਸ਼ੀ ਆ ਜਿਹੜੀ ਆਉਂਦੀ ਹੈ ਜਿਹੜੀ ਤੁਸੀਂ ਗੱਲ ਕੀਤੀ ਆ ਐਡੀ ਵੱਡੀ ਇੱਕ ਡਰੱਗ ਦੀ ਲੈਬ ਫੜਨੀ ਔਰ ਉਹਦੇ ਵਿੱਚ ਨਾਮ ਜਿਹੜਾ ਆਉਣਾ ਰੰਦਾਵਾ ਪਲਾਜ਼ਿਆਂ ਦੇ ਵਿੱਚ ਆਤਿਸ਼ਬਾਜੀ ਦੇ ਨਾਲ ਨਾਲ ਵਿੱਚ ਗੱਡੀਆਂ ਘਮਾਉਣ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵੀ ਸਾਹਮਣੇ ਆਈਆਂ ਜਿਹੜੀ ਚਕਾਚੌਂ ਵਾਲੀ ਜ਼ਿੰਦਗੀ ਹੈ ਜਿਹੜੀ ਇਹ ਦਿਖਾਵੇ ਵਾਲੀ ਜ਼ਿੰਦਗੀ ਹੈ ਇਹੀ ਤਾਂ ਨਹੀਂ ਕਿਤੇ ਸਾਨੂੰ ਗਲਤ ਪਾਸੇ ਨੂੰ ਧੱਕ ਕੇ ਲੈ ਕੇ ਜਾ ਰਹੀ ਇੰਨਾ ਇਹ ਡਰੱਗ ਇਲੀਗਲ ਤਿਆਰ ਹੋਣੀ ਸੀ ਇਹ ਵੰਡੀ ਤਾਂ ਕੈਨੇਡਾ ਦੇ ਲੋਕਾਂ ਨੂੰ ਜਾਣੀ ਸੀ ਤੇ ਉਹਦੇ ਨਾਲ ਕਿੰਨੇ ਲੋਕਾਂ ਦੀ ਜਾਨ ਜਾਣੀ ਸੀ ਕਿੱਡਾ ਵੱਡਾ ਇਹ ਜਿਹੜਾ ਰੈਕਟ ਆ ਜਿਹਦਾ ਪਰਦਾ ਫਾਸ਼ ਹੋਇਆ ਪਰ ਗੱਲ ਅਗੇਨ ਇਹੀ ਆ ਕਿ ਇੰਨਾ ਪੈਸਾ ਇੰਨੇ 100 ਮਿਲੀਅਨ ਕਮਾ ਕੇ ਉਜਾਣਾ ਕਿੱਥੇ ਆ ਕਰਨਾ ਕੀ ਆ ਗੱਡੀਆਂ ਸਾਰਿਆਂ ਨੇ ਰੇਂਜ ਰੋਵਰ ਤੇ ਮਰਸੀਡੀਜ਼ ਰੱਖੀਆਂ ਨੇ ਉਹਨਾਂ ਦਾ 2-2025-2500 ਡਾਲਰ ਪਰ ਮਹੀਨਾ ਦਾ ਕਿੱਥੋਂ ਅਪੋਰਟ ਕਰਦੇ ਨੇ ਦਿਖਾਉਣਾ ਖਾਸ ਕਰਕੇ ਇੰਡੀਆ ਬੈਠੇ ਆਪਣੇ ਹੋਰ ਮਿੱਤਰਾਂ ਨੂੰ ਕਿ ਯਾਰ ਅਸੀਂ ਤਾਂ ਇੱਥੇ ਮਰਸੀਡੀਜ਼ ਰੱਖੀਆਂ ਹੋਈਆਂ ਨੇ ਅਸੀਂ ਤਾਂ ਇੱਥੇ ਰੇਂਜ ਰੋਵਰਾਂ ਰੱਖੀਆਂ ਹੋਈਆਂ ਨੇ ਅਸੀਂ ਉਹਨਾਂ ਦੇ ਨਾਲ ਪਿਕਚਰਜ਼ ਕਲਿੱਕ ਕਰਕੇ ਉਹਨਾਂ ਨੂੰ ਸੈਂਡ ਕਰਨੀਆਂ ਨੇ ਸੋ ਮੈਨੂੰ ਲੱਗਦਾ ਇਹੀ ਇੱਕ ਬਹੁਤ ਵੱਡਾ ਰੀਜ਼ਨ ਆ ਕਿ ਜਿਹੜੀ ਦਿਖਾਵੇ ਦੀ ਜ਼ਿੰਦਗੀ ਆ ਜਿਹੜੀ ਦਿਖਾਵੇ ਦੀ ਲਾਈਫ ਆ ਉਹ ਸਾਨੂੰ ਕਿਤੇ ਨਾ ਕਿਤੇ ਜਾ ਕੇ ਕਿਲ ਕਰ ਰਹੀ ਹੈ ਪਿੱਛੇ ਇੱਕ ਪੰਜ ਜਾਨੇ ਫੜੇ ਬ੍ਰੈਮਟਨ ਦੇ ਵਿੱਚ ਇੱਕ ਫੈਮਿਲੀ ਦੇ ਤਿੰਨ ਜਾਨੇ ਨੇ ਜੀ ਤੇ ਜਦੋਂ ਆਪਾਂ ਉਹਨਾਂ ਦੀ ਉਮਰ ਦੇਖਦੇ ਆ 20 ਸਾਲ ਦੀ ਤੇ 22 ਸਾਲ ਦੀ ਤੇ ਉਹਨਾਂ ਦੇ ਕੋਲੋਂ ਤੁਹਾਨੂੰ ਇਲੀਗਲ ਵੈਪਨਸ ਮਿਲਣਾ ਤਾਂ ਫਿਰ ਅਸੀਂ ਕੀ ਐਕਸਪੈਕਟ ਕਰਾਂਗੇ ਜਿਹੜੀ ਸਾਡੀ ਜਵਾਨੀ ਆ ਉਹ ਕਿੱਧਰ ਨੂੰ ਜਾ ਰਹੀ ਆ ਤੁਹਾਡੀਆਂ ਬੱਚੀਆਂ ਤੁਹਾਡੇ ਮੁੰਡੇ ਉਹ ਜਦੋਂ ਇਕੱਲੇ ਰਹਿ ਰਹੇ ਨੇ ਉਹਨਾਂ ਨੂੰ ਜ਼ਰੂਰਤ ਹੈ ਕਿਸੇ ਸਾਥ ਦੀ ਉਹਨਾਂ ਨੂੰ ਬਹੁਤ ਮੁਸ਼ਕਲ ਨੇ ਇੱਥੇ ਦੇ ਹਾਲਾਤ ਜਦੋਂ ਉਹ ਕੱਲਾ ਆ ਡਿਪਰੈਸ਼ਨ ਦੇ ਵਿੱਚ ਐ ਉਹਦੇ ਕੋਲੇ ਕੰਮ ਨਹੀਂ ਐ ਜਾਂ ਉਹਨੂੰ ਕੰਮ ਤੇ ਘੱਟ ਪੈਸੇ ਮਿਲਦੇ ਨੇ ਉਹ ਬਰਫ ਪੈਂਦੀ ਚ ਸਾਰੀ-ਸਾਰੀ ਰਾਤ ਕਿਸੇ ਰੈਸਟੋਰੈਂਟ ਤੇ ਕੰਮ ਕਰਦੀਆਂ ਨੇ ਬੱਚੀਆਂ ਸਾਡੀਆਂ ਸਿਟੀ ਆਫ ਬ੍ਰੈਂਟਨ ਦੇ ਮੇਅਰ ਨੇ ਜੀ ਪਿਛਲੇ ਦਿਨਾਂ ਦੇ ਵਿੱਚ ਸਾਰੇ ਕਾਉਂਸਲਰਜ਼ ਦੇ ਨਾਲ ਰਲ ਕੇ ਇੱਕ ਬਿਆਨ ਦਿੱਤਾ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਲੈਂਡਲਾਰਡਸ ਵੱਲੋਂ ਔਰ ਜਾਂ ਜਿਹੜੇ ਉਹਨਾਂ ਦੇ ੈਂਪਲੋਇਰਜ਼ ਨੇ ਉਹਨਾਂ ਵੱਲੋਂ ਜਣਸੀ ਸੋਸ਼ਣ ਤੱਕ ਕੀਤਾ ਜਾ ਰਿਹਾ ਬੀਤੀ ਜਾਂਦੀ ਕਿਸੇ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਕਿਸੇ ਦੀ ਐਕਸੀਡੈਂਟ ਦੇ ਨਾਲ ਮੌਤ ਹੋ ਗਈ ਪਰ ਜਿਨ੍ਹਾਂ ਨੇ ਡਿਪਰੈਸ਼ਨ ਦੇ ਵਿੱਚ ਆ ਕੇ ਖੁਦਕੁਸ਼ੀ ਕੀਤੀ ਆ ਉਹਦੇ ਬਾਰੇ ਸੋਚਿਆ ਕਿ ਕਿਉਂ ਖੁਦਕੁਸ਼ੀ ਕੀਤੀ ਕਿਉਂ ট্রাকਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਜੀ ਸ਼ਰਿਆਮ ਆਫਰ ਕੀਤਾ ਜਾਂਦਾ ਜਿਹੜੇ ਬੱਚੇ ਨਵੇਂ ਲਾਇਸੈਂਸ ਲੈਂਦੇ ਨੇ ਉਹਨਾਂ ਨੂੰ ਸ਼ਰਿਆਮ ਆਫਰ ਕੀਤਾ ਜਾਂਦਾ ਕਿ ਤੂੰ ਇੱਕ ਢੇੜਾ ਲਾ ਦੇ ਡਰਗ ਦਾ ਤੇ ਤੈਨੂੰ ਜਿਹੜਾ ਇੰਨਾ ਪੈਸਾ ਉਹ ਅਸੀਂ ਦਵਾਂ ਤੇ ਹੁਣ ਇੱਕ ਬੱਚੇ ਨੇ 2 ਮਹੀਨੇ ਦੇ ਵਿੱਚ ਉਹਨਾਂ ਪੈਸਾ ਕਮਾਉਣਾ ਤੇ ਇੱਕ ਨੂੰ ਇੱਕ ᱜੇੜੇ ਦਾ ਉਹਨਾਂ ਪੈਸਾ ਦਿੱਤਾ ਜਾਊਗਾ ਤੇ ਉਹਦੇ ਮਨ ਦੇ ਉੱਤੇ ਇੱਕ ਵਾਰੇ ਅਸਰ ਤਾਂ ਹੋਊਗਾ ਪਰ ਜਿਹੜੇ ਉਹ ਆਫਰ ਕਰਦੇ ਨੇ ਉਹ ਕੌਣ ਨੇ ਉਹ ਵੀ ਪੰਜਾਬੀ ਨੇ ਇਹ ਕੰਟਰੀ ਬਹੁਤ ਵਧੀਆ ਪਰ ਇਸ ਕੰਟਰੀ ਦੇ ਅਗਰ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਾਂਗੇ ਇਹ ਲੋੜਨਾ ਪੈ ਜਿਵੇ ਕਿ ਹੁਣ ਪੰਜਾਬ ਪੁਲਿਸ ਵਾਲਾ ਕੰਮ ਹੋ ਜਵੇ ਤੇ ਇੱਥੇ ਵੀ ਜਿਹੜੀ ਪੁਲਿਸ ਆ ਉਹਨੂੰ ਪੰਜਾਬ ਪੁਲਿਸ ਵਾਂਗੂ ਡੰਡੇ ਚੱਕਣੇ ਪੈ ਜਾਣ ਪੰਜਾਬੀ ਸੱਦ ਲਈ ਇੰਡੀਅਨ ਸੱਦ ਲਈ ਏਸ਼ੀਅਨ ਸੱਦ ਲਈ ਕਰੁਣਾ ਨੂੰ ਇਹ ਨਹੀਂ ਸੀ ਪਤਾ ਵੀ ਇਹ ਫੋਲ ਤਾਂ ਦਿਸਦੇ ਆ ਉਤੋਂ ਵੀ ਇੱਡੇ ਹੀ ਸਰਮਾਇਆ ਲੈ ਕੇ ਆਣਗੇ ਕੰਟਰੀ ਦੇ ਵਿੱਚ ਇੰਨੀਆਂ ਫੀਸਾਂ ਪੇ ਕਰ ਦੇਣਗੇ ਆਪਣੀਆਂ ਜ਼ਮੀਨਾਂ ਵੇਚ ਦੇਣਗੇ ਕਰਜ਼ਦਾਰ ਹੋ ਜਾਣਗੇ ਪਰ ਇਹਨਾਂ ਦੇ ਨਾਲ ਇਹਨਾਂ ਦੀਆਂ ਆ ਬੜੀਆਂ ਗੰਦੀਆਂ ਹੈਬਿਟਸ ਨੇ ਇਹ ਵੀ ਆਣ ਗਈਆਂ ਇੱਥੇ ਸਟੂਡੈਂਟਸ ਨੇ ਆ ਕੇ ਵੱਡੇ ਵੱਡੇ ਬਿਜ਼ਨੈਸਿਸ ਨੇ ਜਿਹੜੇ ਸ਼ੁਰੂ ਕੀਤੇ ਨੇ ਜਿਵੇਂ ਮੈਂ ਪਹਿਲਾਂ ਇੱਕ ਐਗਜ਼ਾਮਪਲ ਦਿੱਤੀ ਆ ਸਲੋ ਐਂਡ ਸਟੱਡੀ ਵਿਨਸ ਦਾ ਰੇਸ ਜਿਨੇ ਤਰੀਕੇ ਦੇ ਨਾਲ ਹੌਲੀ ਹੌਲੀ ਕਰਕੇ ਕਰਨਾ ਉਹ ਰੇਸ ਦੇ ਵਿੱਚ ਵਿਨ ਹੁੰਦਾ ਹੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਪ੍ਰੋਗਰਾਮ ਕੈਨੇਡਾ ਫੈਕਟ ਸਟ ਤੁਹਾਡਾ ਸਾਰਿਆਂ ਦਾ ਨਿੱਗਾ ਸਵਾਗਤ ਹੈ ਅੱਜ ਅਸੀਂ ਚਰਚਾ ਕਰਾਂਗੇ ਕਮਨਦੀਪ ਸਿੰਘ ਗਿੱਲ ਹੋਂਣਾ ਨਾਲ ਦੁਬਾਰਾ ਉਹਨਾਂ ਨੂੰ ਉਚਿਤੇ ਤੌਰ ਤੇ ਸਟੂਡੀਓ ਸੱਦਿਆ ਅੱਜ ਕਿਉਂਕਿ ਬਾਹਰਲਾ ਮੌਸਮ ਤੁਹਾਨੂੰ ਦਿਖਾਈਦਾ ਕਈ ਵਾਰ ਪਰ ਹੁਣ ਮੌਸਮ ਬਦਲ ਗਿਆ ਥੋੜੀ ਠੰਡ ਵੀ ਹੋ ਗਈ ਆ ਤੇ ਹੁਣ ਆ ਸਰਦੀਆਂ ਸਰਦੀਆਂ ਕੋਸ਼ਿਸ਼ ਕਰਾਂਗੇ ਜੀ ਸਟੂਡੀਓ ਤੋਂ ਹਾਜ਼ਰੀ ਲਵਾਉਂਦੇ ਰਹੀਏ გილਤਾ ਬਹੁਤ ਸਵਾਗਤ ਹੈ ਤੁਹਾਡਾ ਤੇ ਚਰਚਾ ਜਿਹੜੀ ਕਰਨੀ ਆ ਮੈਂ ਪਹਿਲਾਂ ਹੀ ਦੱਸ ਦਿੰਨਾ ਕਿਉਂਕਿ ਅਦਰਵਾਈਜ਼ ਦਰਸ਼ਕਾਂ ਦਾ ਸਮਾਂ ਬੜਾ ਖਰਾਬ ਹੁੰਦਾ ਜੀ ਜੀ ਬਿਲਕੁਲ ਤੇ ਕਈ ਦਰਸ਼ਕ ਤਾਂ ਇਹ ਜੇ ਸਿੱਧੇ ਆ ਸਾਡੇ ਉਹ ਸਿੱਧੇ ਕਹਿ ਦਿੰਦੇ ਆ ਭਾਈ ਆ ਫਾਰਮੈਲਟੀਆਂ ਇਹ ਛੱਡੋ ਸਿੱਧੇ ਪੁਆਇੰਟ ਤੇ ਅੱਜ ਜੀ ਬਿਲਕੁਲ ਸੋ ਤੁਹਾਡਾ ਸਵਾਗਤ ਵੀ ਹੈ ਤੇ ਪੁਆਇੰਟ ਇਹ ਹੈ ਕਿ ਕਿੰਨਾ ਕ ਪੈਸਾ ਚਾਹੀਦਾ ਕੈਨੇਡਾ ਵਾਲੇ ਲੋਕਾਂ ਨੂੰ ਕਿ ਅਸੀਂ ਚੰਗੇ ਧੰਦੇਆਂ 'ਚ ਮਾੜੇ ਧੰਦੇਆਂ 'ਚ ਪੈਣ ਲੱਗ ਗਏ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਕੈਨੇਡਾ ਫੈਕਸ਼ਨ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤ ਰਨਾਲ ਦੀ ਨਾਲ ਤੁਸੀਂ ਮੌਸਮ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਮੌਸਮ ਦੀ ਗੱਲ ਕਰ ਲਈਏ ਬਾਹਰਲਾ ਮੌਸਮ ਠੰਡਾ ਪਰ ਜਿਹੜਾ ਕੈਨੇਡਾ ਦਾ ਮੌਸਮ ਆ ਜੀ ਬਹੁਤ ਗਰਮ ਆ ਉਹ ਗਰਮ ਕਾਦੇ ਲਈ ਆ ਅਕਸਰ ਸੁਣਿਆ ਜਾਂਦਾ ਕਹਿੰਦੇ ਜੀ ਜੇਬ ਗਰਮ ਹੁੰਦੀ ਹੈ ਜੇਬ ਗਰਮ ਕਿਆ ਨੂੰ ਕਹਿੰਦੇ ਜਿਹਦੀ ਜੇਬ ਦੇ ਵਿੱਚ ਪੈਸਾ ਹੁੰਦਾ ਸੋ ਪੈਸੇ ਦੇ ਨਾਲ ਜੇਬਾਂ ਗਰਮ ਕਰਨ ਵਾਲਾ ਜਿਹੜਾ ਰੂਟੀਨ ਇੱਥੇ ਬਹੁਤ ਜ਼ਿਆਦਾ ਵਧ ਰਹੀ ਹੈ ਪਰ ਪੈਸਾ ਕਮਾਉਣਾ ਕੋਈ ਗਲਤ ਨਹੀਂ ਸਹੀ ਤਰੀਕੇ ਦੇ ਨਾਲ ਕਮਾਇਆ ਜਾਵੇ ਤਾਂ ਪੈਸਾ ਬਹੁਤ ਵਧੀਆ ਲੱਗਦਾ ਕਮਾਇਆ ਹੋਇਆ ਪਰ ਜਦੋਂ ਆਪਾਂ ਤਰੀਕਾ ਗਲਤ ਬਣਾ ਲੈਨੇ ਆ ਤਾਂ ਫਿਰ ਉਹਦੇ ਨਾਲ ਸਾਰੀ ਕਮਿਊਨਿਟੀ ਦੀ ਸਾਰਿਆਂ ਦੀ ਜਿਹੜੀ ਬਦਨਾਮੀ ਆ ਉਹ ਹੁੰਦੀ ਆ ਸੋ ਜਿਹੜੀ ਤੁਸੀਂ ਗੱਲ ਕੀਤੀ ਆ ਜੀ ਪੈਸੇ ਦੀ ਸ਼ੁਰੂ ਕਰਦੇ ਆ ਜਰੂਰ ਕਿ ਪੈਸਾ ਕਮਾਉਣਾ ਕਿੰਨਾ ਜ਼ਰੂਰੀ ਆ ਦੇਖੋ ਅਕਸਰ ਆਪਾਂ ਗੱਲ ਕਰਦੇ ਸੁਣਦੇ ਆ ਸਾਰਿਆਂ ਨੂੰ ਕਿ ਉਹ ਕਹਿੰਦੇ ਨੇ ਕਿ ਜੀ ਸਿਰਫ ਸਾਨੂੰ ਤਾਂ ਰੋਟੀਆਂ ਦੋਏ ਚਾਹੀਦੀਆਂ ਨੇ ਦੋ ਟਾਈਮ ਜਾਂ ਤਿੰਨ ਟਾਈਮ ਰੋਟੀ ਮਿਲ ਜਵੇ ਤਾਂ ਅਸੀਂ ਫੇਰ ਐਨਫ ਆ ਪਰ ਅਗਰ ਆਪਰ ਰਿਐਲਿਟੀ ਦੇਖੀਏ ਕਿ ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ ਤੁਸੀਂ ਵੀ ਸ਼ਾਮਲ ਹੋ ਤੇ ਬਾਕੀ ਦੋਸਤ ਮਿੱਤਰ ਵੀ ਸ਼ਾਮਲ ਨੇ ਕਿ ਅਸੀਂ ਉਹ ਦੋ ਰੋਟੀਆਂ ਦੇ ਉੱਤੇ ਆਪਣੇ ਆਪ ਨੂੰ ਰੱਖਿਆ ਹੋਇਆ ਰੋਕ ਕੇ ਜਾਂ ਨਹੀਂ ਰੱਖਿਆ ਹੋਇਆ ਗੱਲ ਇਹ ਆ ਕਿ ਹੁਣ ਬੜਾ ਕੁਝ ਆ ਅਸੀਂ ਜਦੋਂ ਪੰਜਾਬ ਛੱਡਿਆ ਸੀਗਾ ਤਾਂ ਇੱਕ ਬੈਟਰ ਲਾਈਫ ਦੇ ਲਈ ਛੱਡ ਕੇ ਆਏ ਸੀਗੇ ਮੈਕਸਿਮਮ ਮੇਰੇ ਨਾਲ ਦੇ ਬਹੁਤ ਲੋਕ ਦੋਸਤ ਮਿੱਤਰ ਹੋਣਗੇ ਜਿਹੜੇ ਚੰਗੀਆਂ ਜੌਬਾਂ ਦੇ ਉੱਤੇ ਹੋਣਗੇ ਔਰ ਇੱਕ ਬੈਟਰ ਲਾਈਫ ਦੇ ਲਈ ਉਹਨਾਂ ਨੇ ਕੈਨੇਡਾ ਕੰਟਰੀ ਨੂੰ ਚੂਜ਼ ਕੀਤਾ ਕਿਉਂ ਕਿ ਕਿਉਂਕਿ ਕੈਨੇਡਾ ਕੰਟਰੀ ਇੱਕ ਐਸੀ ਕੰਟਰੀ ਸੀਗੀ ਜਿਹਨੂੰ ਇੱਕ ਉਹ ਕੰਟਰੀ ਕਿਹਾ ਜਾਂਦਾ ਕਿ ਜਿੱਥੇ ਕ੍ਰਾਈਮ ਹੀ ਕੋਈ ਨਹੀਂ ਪੀਸਫੁਲ ਲਾਈਫ ਆ ਘਰਾਂ ਦੇ ਦਰਵਾਜ਼ੇ ਤੁਸੀਂ ਖੁੱਲੇ ਛੱਡ ਦਿਓ ਤੁਹਾਡੇ ਘਰੇ ਕੋਈ ਨਹੀਂ ਆਊਗਾ ਗੱਡੀਆਂ ਦੇ ਦਰਵਾਜ਼ੇ ਲੋਕ ਲਾਉਣ ਦੀ ਲੋੜ ਨਹੀਂ ਹੈਗੀ ਕਿਸੇ ਨੇ ਆ ਕੇ ਤੁਹਾਡੀ ਗੱਡੀ ਨੂੰ ਕੁਝ ਨਹੀਂ ਕਹਿਣਾ ਪਰ ਪੰਜਾਂ ਛੇਾਂ ਸਾਲਾਂ ਦੇ ਵਿੱਚ ਇੰਨਾ ਕੁ ਕੁਝ ਚੇਂਜ ਹੋਇਆ ਕਿ ਉਹ ਕੈਨੇਡਾ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਮਸ਼ਹੂਰ ਸੀਗਾ ਸੋ ਅੱਜ ਹੋਰ ਕੰਮਾਂ ਦੇ ਲਈ ਮਸ਼ਹੂਰ ਹੋ ਗਿਆ ਪਰ ਸਭ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਆ ਉਹ ਇਹ ਆ ਕਿ ਜਿਹੜੀ ਸਾਡਾ ਪੰਜਾਬੀ ਕਮਿਊਨਿਟੀ ਆ ਸਾਡਾ ਪੰਜਾਬੀ ਭਾਈਚਾਰਾ ਉਹਨਾਂ ਦਾ ਜਿਹੜਾ ਨਾਮ ਆ ਉਹ ਇਲੀਗਲ ਐਕਟੀਵਿਟੀਜ਼ ਜਿਹਦੇ ਵਿੱਚ ਆਪਾਂ ਕਾਰਾਂ ਚੋਰੀ ਕਹਿ ਦਈਏ ਵੈਪਨ ਰੱਖਣ ਦੀ ਗੱਲ ਕਰ ਦਈਏ ਆਪਣੇ ਇਲੀਗਲ ਜਿਹੜੀ ਹੈਗੀ ਆ ਜੀ ਡਰੱਗ ਦੇ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਕਰ ਲਈਏ ਉਹ ਸਾਰਿਆਂ ਦੇ ਵਿੱਚ ਜਿਹੜਾ ਇੱਕ ਮੇਨ ਨਾਮ ਆ ਉਹ ਪੰਜਾਬੀਆਂ ਦਾ ਆ ਰਿਹਾ ਜਿਹੜਾ ਕਿ ਇੱਕ ਬਹੁਤ ਹੀ ਸ਼ਰਮਨਾਕ ਆਪਾਂ ਗੱਲ ਆ ਜਿਹੜੀ ਕਹਿ ਸਕਦੇ ਆ ਗਿਲ ਸਾਹਿਬ ਕੋਈ ਸ਼ੱਕ ਨਹੀਂ ਹੈ ਪੰਜਾਬੀਆਂ ਦਾ ਨਾਮ ਆ ਰਿਹਾ ਹੈ ਭਾਰਤੀਆਂ ਦਾ ਨਾਮ ਆ ਰਿਹਾ ਹੈ ਔਰ ਇਸ ਵੇਲੇ ਸਿੱਧਮ ਸਦਾ ਚੈਲੰਜ ਕਰੀ ਜਾਣਾ ਮੈਨੂੰ ਬਾਬਾ ਨਜ਼ਮੀ ਹੁਣਾ ਦੀ ਇੱਕ ਉਹ ਸ਼ੇਰ ਯਾਦ ਆ ਜਾਂਦਾ ਹੈ ਕਹਿੰਦਾ ਤੰਦੇ ਚਟੇ ਕਰੀਏ ਕਾਲੇ ਹੂੰ ਤੰਦੇ ਚਟੇ ਕਰੀਏ ਕਾਲੇ ਕੌਣ ਤੁਸੀਂ ਇਹੋ ਪੁੱਛਣ ਵਾਲੇ ਹੂੰ ਸੋ ਅਸੀਂ ਸਿੱਧਮ ਸਦਾ ਚੈਲੰਜ ਕਰਤਾ ਇਸ ਮੁਲਕ ਦੀ ਪੁਲਿਸ ਨੂੰ ਇਸ ਮੁਲਕ ਦੇ ਪ੍ਰਸ਼ਾਸਨ ਨੂੰ ਕਿ ਭਾਈ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਨਾ ਪੁੱਛਿਓ ਪਰ ਜਿੱਦਾਂ ਫਾਕਲੈਂਡ ਬੀਸੀ ਦੇ ਵਿੱਚ ਇੱਕ ਬੜਾ 1000 ਕ ਬੰਦਿਆਂ ਦੀ ਗਿਣਤੀ ਵਾਲਾ ਪਿੰਡ ਸੀ ਛੋਟਾ ਜਿਹਾ ਪਿੰਡ ਹੈ ਉੱਥੇ ਕੈਨੇਡਾ ਦੀ ਹਿਸਟਰੀ ਦੀ ਸਭ ਤੋਂ ਵੱਡੀ ਡਰੱਗ ਲੈਬ ਫੜੀ ਗਈ ਜੀ ਤੇ ਮੰਨਿਆ ਜਾ ਰਿਹਾ ਹੈ ਕਿ ਮਰਿਖਲ 10 ਮਿਲੀਅਨ ਦੇ ਕਰੀਬ ਸ਼ਾਇਦ ਜਾਂ ਉਤੋਂ ਵੱਧ ਹੋ ਸਕਦਾ ਹੈ ਪਰ ਉਹ ਲੈਬ ਫੜੀ ਗਈ ਹੈ ਤੇ ਉਹ ਕਿਸੇ ਪੰਜਾਬੀ ਦਾ ਸੰਚਾਲਨ ਸੀ ਜੀ ਜੀ ਕਹਿੰਦੇ 10 ਸਾਲ ਪਹਿਲਾਂ ਵੀ ਗਿੱਲ ਸਾਹਿਬ ਉੱਥੇ ਇੱਕ ਜਦੋਂ ਮੈਰੀਜੂਆਨਾ ਲੀਗਲ ਨਹੀਂ ਹੋਇਆ ਸੀ ਉਦੋਂ ਵੀ ਉੱਥੇ ਰੇਡ ਹੋਈ ਸੀ ਜੀ ਉਦੋਂ ਕੋਈ ਗ੍ਰੀਨ ਹਾਊਸ ਸੀਗੀ ਉਹਦੇ ਚ ਲੁਕੋ ਕੇ ਰੱਖੋ ਕੇ ਗੰਬੇ ਸੀ ਤੇ ਹੁਣ 10 ਸਾਲ ਬਾਅਦ ਜਦੋਂ ਰੇਡ ਹੋਈ ਹੈ ਤਾਂ ਕੈਨੇਡਾਜ਼ బిਗੇਸਟ బిਗੇਸਟ ਡਰਗ ਲੈਬ ਇਨ ਦਾ ਹਿਸਟਰੀ ਆਫ ਕੈਨੇਡਾ ਕਿੱਸੀ ਸੋਚ ਸਕਦੇ ਆ ਇੰਨਾ ਪੈਸਾ ਸਾਨੂੰ ਚਾਹੀਦਾ ਹੈ ਜਾਂ ਜ਼ਬਰੇ ਨੇ ਨਾ ਤੰਦੇਆਂ ਦੇ ਵਿਚਾਰੇ ਆ ਬਿਲਕੁਲ ਜੀ ਕਾਫੀ ਵੱਡੀ ਉਹ ਅਮਾਉਂਟ ਆ ਆਈ ਥਿੰਕ ਅਪਰੋਕਸੀਮੇਟਲੀ 100 ਮਿਲੀਅਨ ਦੇ ਕਰੀਬ ਆ ਜੀ ਜਿਹੜਾ ਸਾਰਾ ਹੈਗਾ ਜੀ ਤਾਮਝਾਮ ਪਰ ਜਦੋਂ ਵੀ ਨਾ ਹੁਣ ਕੋਈ ਵੀ ਖਬਰ ਪਾਜੀ ਆਉਂਦੀ ਹੈ ਸਭ ਤੋਂ ਪਹਿਲਾਂ ਸਾਡੇ ਲੋਕ ਕੀ ਕਹਿੰਦੇ ਨੇ ਜੀ ਕਹਿੰਦੇ ਨਾਮ ਪੜੋ ਕਿਉਂਕਿ ਹਰੇਕ ਤੰਦੇ ਦੇ ਵਿੱਚ ਪੰਜਾਬੀਆਂ ਦਾ ਜਦੋਂ ਨਾਮ ਆ ਜਾਂਦਾ ਨਾ ਤਾਂ ਫਿਰ ਇੱਕ ਵਾਰ ਤਾਂ ਨਮੋਸ਼ੀ ਆ ਜਿਹੜੀ ਆਉਂਦੀ ਹੈ ਜਿਹੜੀ ਤੁਸੀਂ ਗੱਲ ਕੀਤੀ ਆ ਐਡੀ ਵੱਡੀ ਇੱਕ ਡਰੱਗ ਡੀਲ ਆਵ ਫੜਨੀ ਔਰ ਉਹਦੇ ਵਿੱਚ ਨਾਮ ਜਿਹੜਾ ਆਉਣਾ ਰੰਦਾਵਾ ਆਈ ਥਿੰਕ ਇਫ ਆਮ ਨਾਟ ਰੌਗ ਰੰਧਾਵਾ ਲਾਸਟ ਨੇਮ ਆ ਤੇ ਜਦੋਂ ਇਹ ਜੇ ਚੀਜ਼ਾਂ ਆਉਂਦੀਆਂ ਨੇ ਕਿਉਂਕਿ ਉਹਦੇ ਵਿੱਚ ਨਾਲ ਲਿਖਿਆ ਜਾਂਦਾ ਉਹਦੇ ਵਿੱਚ ਜਦੋਂ ਸਿੰਘ ਲੱਗਦਾ ਕੌਰ ਲੱਗਦਾ ਜਾਂ ਲਾਸਟ ਨੇਮ ਸਿੱਧੂ ਗਿੱਲ ਰੰਧਾਵਾ ਕੁਝ ਵੀ ਲੱਗਦਾ ਤਾਂ ਫਿਰ ਤੁਸੀਂ ਇਹ ਦੇਖੋ ਕਿ ਵੀ ਉਹਦਾ ਇਫੈਕਟ ਸਿਰਫ ਤੁਹਾਡੇ ਤੱਕ ਹੀ ਨਹੀਂ ਸਾਰੀ ਕਮਿਊਨਿਟੀ ਦੇ ਉੱਤੇ ਜਿਹੜਾ ਇਹਦਾ ਅਸਰ ਆ ਉਹ ਪੈਂਦਾ ਕਿਉਂਕਿ ਇਸ ਕੰਟਰੀ ਦੇ ਵਿੱਚ 150 ਪਲੱਸ ਕੰਟਰੀਆਂ ਦੇ ਜਿਹੜੇ ਲੋਕ ਨੇ ਉਹ ਵੱਸਦੇ ਨੇ ਜਦੋਂ ਕੌਰ ਸਿੰਘ ਦਾ ਨਾਮ ਆਉਂਦਾ ਨਾ ਜੀ ਫਿਰ ਉਹ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਦੇਖਦੇ ਨੇ ਕਿ ਇਹਨਾਂ ਦਾ ਕੰਮ ਆ ਤੇ ਦੂਜੀ ਗੱਲ ਕਰੀ ਸੀ ਤੁਸੀਂ ਪੁਲਿਸ ਦੀ ਔਰ ਵਾਕਈ ਅਸੀਂ ਚੈਲੰਜ ਕਰਦੇ ਆਂ ਜੀ ਆ ਰੀਸੈਂਟਲੀ ਆਪਾਂ ਦੋ ਦਿਨ ਪਹਿਲਾਂ ਦੀ ਉਹ ਗੱਲ ਕਰ ਲੈਨੇ ਆਂ ਦਿਵਾਲੀ ਦਾ ਕਿ ਗਈ ਹੈ ਜੀ ਤੇ ਦਿਵਾਲੀ ਦੇ ਉੱਤੇ ਬ੍ਰੈਂਪਟਨ ਨੇ ਪਟਾਕੇ ਕਹਿੰਦੇ ਬੈਨ ਕੀਤੇ ਆ ਪਰ ਬੈਨ ਦੇ ਉੱਤੇ ਵੀ ਚਲੋ ਓਨਾ ਜ਼ਿਆਦਾ ਨਹੀਂ ਹੋਇਆ ਪਰ ਫੇਰ ਵੀ ਲੋਕਾਂ ਨੇ ਚਲਾਏ ਉਹ ਚੈਲੰਜ ਹੈ ਜੀ ਇੱਕ ਜਦੋਂ ਇੱਕ ਸਿਟੀ ਨੇ ਇੱਕ ਚੀਜ਼ ਨੂੰ ਬੈਨ ਕਰਤਾ ਕਿ ਯਾਰ ਤੁਸੀਂ ਚਲਾਉਣੀ ਨਹੀਂ ਅਸੀਂ ਫਿਰ ਵੀ ਚਲਾਵਾਂਗੇ ਜੀ ਅਸੀਂ ਪਲਾਜ਼ਿਆਂ ਦੇ ਵਿੱਚ ਜਾਵਾਂਗੇ ਔਰ ਉੱਥੇ ਤੁਸੀਂ ਦੇਖਿਓ ਵੀਡੀਓਜ਼ ਆਈਆਂ ਰਹੀਆਂ ਜੀ ਪੁਲਿਸ ਵਾਲਿਆਂ ਦੇ ਨਾਲ ਬੈਸਵਾ ਜੀ ਕਰ ਰਹੇ ਜੀ ਵੀ ਤੁਸੀਂ ਸਾਨੂੰ ਕਿਉਂ ਰੋਕਦੇ ਹੋ ਦੱਸੋ ਵੀ ਉਹਦੇ ਨਾਲ ਇੱਕ ਦਿਨ ਤੁਹਾਡੇ ਪਟਾਕੇ ਚਲਾਉਣ ਦੇ ਨਾਲ ਤੁਸੀਂ ਕਿੱਡੀਆਂ ਕਿ ਬੜੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਕਰ ਲੈਣੀਆਂ ਨੇ ਕਿਉਂਕਿ ਤੁਸੀਂ ਜਦੋਂ ਆਊਟ ਆਫ ਲਾਜ਼ ਜਾਂਦੇ ਹੋ ਤਾਂ ਉਹਦੇ ਨਾਲ ਜਿਹੜਾ ਅਸਰ ਆ ਉਹ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਪੈਂਦਾ ਅਸੀਂ ਗਾਹੇ ਵਗਾਹੇ ਪ੍ਰੋਗਰਾਮ ਆ ਜਿਹੜਾ ਕੈਨੇਡਾ ਫੈਕਟਸ ਅਸੀਂ ਨਾਮ ਹੀ ਤਾਂ ਰੱਖਿਆ ਕੋਈ ਕੈਨੇਡਾ ਦੀਆਂ ਗੱਲਾਂ ਬਾਤਾਂ ਕਰਨੀਆਂ ਨੇ ਪਰ ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ ਕਿ ਪੈਸਾ ਵਾਕਿਆ ਹੀ ਇੱਕ ਲਾਈਫ ਵਧੀਆ ਦੇ ਲਈ ਜ਼ਰੂਰੀ ਆ ਪਰ ਕਿੰਨਾ ਕੁ ਜ਼ਰੂਰੀ ਆ ਰੋਟੀ ਕੱਪੜਾ ਤੇ ਮਕਾਨ ਤੁਸੀਂ ਜੋ ਆਪ ਸੋਚ ਸਕਦੇ ਹੋ ਕਿ ਜਿਹੜੀ ਇਹ ਕੰਟਰੀਜ਼ ਨੇ ਨਾ ਇਹਨਾਂ ਦੇ ਵਿੱਚ ਰੋਟੀ ਕੱਪੜਾ ਮਕਾਨ ਵੀ ਬਹੁਤ ਵੱਡੀ ਲੰਬੀ ਚੌੜੀ ਗੱਲ ਹੈ ਨਹੀਂ ਕਿ ਅਗਰ ਤੁਸੀਂ 8 ਘੰਟੇ ਹਰ ਰੋਜ਼ ਦੇ 40 ਘੰਟੇ ਵੀਕ ਦੇ ਕੰਮ ਕਰਕੇ ਤੁਸੀਂ ਆਪਣੀ ਜ਼ਿੰਦਗੀ ਇੰਨੀ ਕੁ ਵਧੀਆ ਕੱਢ ਸਕਦੇ ਹੋ ਤੇ ਦੋ ਦਿਨ ਜਿਹੜਾ ਵੀਕਐਂਡ ਬਚਦਾ ਉਹ ਤੁਸੀਂ ਆਪਣੀ ਫੈਮਿਲੀ ਦੇ ਨਾਲ ਇੰਜੋਏ ਵੀ ਕਰ ਸਕਦੇ ਹੋ ਪਹਿਲਾਂ ਲਾਈਫ ਇਹੀ ਸੀਗੀ ਪਰ ਜਿਹੜੀ ਹੁਣ ਲਾਈਫ ਆ ਉਹ ਟੋਟਲੀ ਚੇਂਜ ਹੋ ਗਈ ਆ ਹੁਣ ਅੱਜ ਜਿਹੜੀ ਗੱਲਬਾਤ ਕਰਨੀ ਆ ਉਹ ਗੱਲ ਕਰਨੀ ਆ ਰੀਜ਼ਨ ਕੀ ਆ ਕਿਉਂ ਇਸ ਦੌੜ ਦੇ ਵਿੱਚ ਸਾਰੇ ਬੰਦੇ ਸ਼ਾਮਲ ਹੋ ਗਏ ਨੇ ਕਿ ਯਾਰ ਲੋੜ ਤੋਂ ਵੱਧ ਪੈਸਾ ਕਮਾਉਣਾ ਉਹ ਲੀਗਲ ਤਰੀਕੇ ਦੇ ਨਾਲ ਨਹੀਂ ਆਉਂਦਾ ਤਾਂ ਇਲੀਗਲ ਤਰੀਕੇ ਦੇ ਨਾਲ ਬੇਸ਼ੱਕ ਹੋਵੇ ਪਰ ਪੈਸਾ ਸਾਡੇ ਲਈ ਮਸਟ ਆ ਪਰ ਪੈਸੇ ਦੇਣੇ ਦੀ ਜ਼ਰੂਰਤ ਕੀ ਆ ਕਰਨਾ ਉਹਦਾ ਕੀ ਆ ਉਹਦੇ ਬਾਰੇ ਆਪਾਂ ਅੱਜ ਕਿਹੜੀ ਗੱਲਬਾਤ ਆ ਜ਼ਰੂਰ ਕਰਦੇ ਆ ਜਿਲ੍ਹ ਸਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਆਤਿਸ਼ਬਾਜ਼ੀ ਪਟਾਕੇ ਡੰਡਾ ਸਟਰੀਟ ਤੇ ਜਿਹੜਾ ਪਲਾਜ਼ਾ ਆ ਸਕੁਅਰ 1 ਆ ਹੋਰ ਪਾਸੇ ਇੰਨੀ ਆ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਨੇ ਤੇ ਸ਼ਰਿਆਂ ਨੂੰ ਦਿਖ ਰਿਹਾ ਕਿ ਉੱਥੇ ਭਾਰਤੀ ਲੋਕ ਨੇ ਪੰਜਾਬੀ ਲੋਕ ਨੇ ਜੀ ਸਟੂਡੈਂਟਸ ਵੀ ਨੇ ਸਾਡੇ ਇੱਥੇ ਦੇ ਪੀਆਰ ਵੀ ਨੇ ਹੋ ਸਕਦਾ ਸਿਟੀਜ਼ਨਸ ਵੀ ਹੋਣ ਮੈਂ ਕਹਲੇ ਸਟੂਡੈਂਟਸ ਨੂੰ ਇੱਥੇ ਤਾਂ ਨਹੀਂ ਦੋਸ਼ ਦੇ ਰਿਹਾ ਕਿਉਂਕਿ ਉਹਦੇ ਚ ਅਜੇ ਤੱਕ ਨਖੇੜਾ ਕਿਸੇ ਨੇ ਨਹੀਂ ਕੀਤਾ ਕਿ ਉਹ ਕੌਣ ਨੇ ਆਦਰਵਾਇਜ਼ ਜਿਹੜੀ ਵੀ ਗੱਲ ਹੁੰਦੀ ਹੈ ਚੱਕ ਕੇ ਸਟੂਡੈਂਟਸ ਦੇ ਸਿਰ ਮਾਰ ਦਿੰਨੇ ਆ ਸੀ ਜਿਨ੍ਹਾਂ ਦਾ ਇੰਨਾ ਕਸੂਰ ਨਹੀਂ ਹੁੰਦਾ ਤੇ ਅਸੀਂ ਸਾਰੇ ਰਲ ਕੇ ਇਸ ਚੀਜ਼ ਨੂੰ ਨੱਥ ਕਿਦਾਂ ਪਾਈਏ ਔਰ ਸਿਸਟਮ ਦੀ ਗੱਲ ਕੀਤੀ ਹੈ ਗਿਲ ਸਾਹਮਣੇ ਸਿਸਟਮ ਇੰਨਾ ਸੋਹਣਾ ਆ ਇੰਨਾ ਸੁੰਦਰ ਆ ਇੱਥੇ ਦਾ ਸਿਸਟਮ ਦੋਸਤੋ ਸਿਟੀ ਆਫ ਬ੍ਰੈਂਟਨ ਸਿਟੀ ਆਫ ਕੈਲੇਡਨ ਉਹਨਾਂ ਨੇ ਸਾਰਿਆਂ ਨੇ ਦੀਵਾਲੀ ਮਨਾਈ ਆ ਤੇ ਖੁੱਲਾ ਸੱਦਾ ਦਿੱਤਾ ਆ ਇਨਵਾਈਟ ਕੀਤਾ ਆ ਕੱਲ ਐਲੇਡਨ ਦੇ ਵਿੱਚ ਇੱਕ ਡਰੋਨ ਸ਼ੋਅ ਕੀਤਾ ਗਿਆ ਆਤੀਸ਼ਬਾਜ਼ੀ ਕੀਤੀ ਗਈ ਇਟ ਵਾਸ ਅ ਡਰੋਨ ਸ਼ੋਅ ਲਾਈਟ ਸ਼ੋਅ ਸੀਗਾ ਉਹ ਤੇ ਡਰੋਨਸ ਦੇ ਰਾਹੀਂ ਤੁਸੀਂ ਪਟਾਕੇ ਚਲਾ ਰਹੇ ਹੋ ਜਿੱਥੇ ਕਿਤੇ ਲੈ ਕੇ ਆ ਉੱਥੇ ਚਲਾ ਰਹੇ ਹੋ ਤਾਂ ਕਿ ਕੋਈ ਰਿਸਕ ਨਾ ਹੋਵੇ ਕਿਉਂਕਿ ਇੱਥੇ ਘਰ ਸਾਰੇ ਲੱਕੜ ਦੇ ਬਣੇ ਹੋਏ ਨੇ ਗਿਲ ਸਾਹਿਬ ਬਿਲਕੁਲ ਉਹਦੇ ਕਰਕੇ ਸੇਫ ਰਹਿਣਾ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਇੱਥੇ ਦੇ ਐਡਮਿਨਿਸਟ੍ਰੇਸ਼ਨ ਦੇ ਇੱਥੇ ਦੇ ਸਿਟੀ ਦੀ ਪਰ ਅਸੀਂ ਕਹਿੰਦੇ ਆ ਨਹੀਂ ਜੇ ਇਸ ਤਾ ਪਲਾਜ਼ਾ ਚ ਜਾ ਕੇ ਵੀ ਚਲਾਵਾਂਗੇ ਪਿਛਲੇ ਸਾਲ ਉਹ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੇ ਘਰ ਸੜ ਗਏ ਸੀਗੇ ਆਤਿਸ਼ਬਾਜ਼ੀ ਕਰਕੇ ਉਹਨਾਂ ਦੇ ਹਾਲ ਇਸ ਸਾਲ ਵੀ ਤੁਸੀਂ ਦੇਖ ਲਓ ਜਾ ਕੇ ਖੈਰ ਇੰਸ਼ੋਰੈਂਸ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਹੈ ਪਰ ਇੱਕ ਵਾਰੀ ਤਬਾਹੀ ਹੋ ਜਾਂਦੀ ਹੈ ਤੇ ਜੇ ਕੋਈ ਜਾਨੀ ਨੁਕਸਾਨ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਬਹੁਤ ਮੁਸ਼ਕਲ ਹੈ ਜੀ ਭੁਗਤਣੀ ਸੋ ਇਨ ਇਹਨਾਂ ਚੀਜ਼ਾਂ ਦੇ ਉੱਤੇ ਇਹ ਇਹ ਅਲੱਗ ਚੀਜ਼ਾਂ ਹੋ ਗਈਆਂ ਦੂਜੇ ਪਾਸੇ ਗੱਲ ਸਬ ਮੈਂ ਇਹਨੂੰ ਜੋੜਨਾ ਚਾਹੂੰਗਾ ਪੰਜਾਬ ਨਾਲ ਸਿੱਧਾ ਇੱਕ ਵਾਰ ਜੀ ਕਿਉਂਕਿ ਪੰਜਾਬ ਦੇ ਵਿੱਚ ਇਸ ਵਾਰ ਜਥੇਦਾਰ ਸਾਹਿਬ ਨੇ ਆਦੇਸ਼ ਦੇ ਦਿੱਤੇ ਸੀਗੇ ਕਿ ਸਿਰਫ ਦੀਵੇ ਜਲਾਏ ਜਾਣ ਜੀ ਲੜੀਆਂ ਨਾ ਲਈਆਂ ਜਾਣ ਪਰ ਚਲੋ ਮੈਸੇਜ ਬਹੁਤ ਲੇਟ ਸੀਗਾ ਕਨਵੇ ਘੱਟ ਲੋਕਾਂ ਨੂੰ ਹੋਇਆ ਜੀ ਨੇ ਤਾਂ ਅਕਾਲ ਤਖਤ ਸਾਹਿਬ ਦੀ ਹਰ ਕੋਈ ਸਿਫਤ ਵੀ ਕਰਦਾ ਹੈ ਤੇ ਉਹਨਾਂ ਦੀ ਆਗਿਆ ਮੰਨਦਾ ਵੀ ਹੈ ਉੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਆਤਿਸ਼ਬਾਜ਼ੀ ਹੁੰਦੀ ਹੈ ਜੀ ਉਹ ਵੀ ਹੁੰਦੀ ਹੈ ਤੇ ਉੱਥੋਂ ਅਸੀਂ ਲੋਕ ਇਹ ਵੀ ਸਹਿਦ ਲੈ ਲੈਨੇ ਕਿ ਭਈ ਦੀਵਾਲੀ ਤੇ ਤਾਂ ਸਾਡਾ ਰਾਈਟ ਹੈ ਪਟਾਕੇ ਚਲਾਣਾ ਜੀ ਮੇਰੇ ਖਿਆਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ ਕਿ ਦੂਜੇ ਪਾਸੇ ਇਸ ਗ੍ਰੀਨ ਦੀਵਾਲੀ ਵਾਲੇ ਪਾਸੇ ਨੂੰ ਪ੍ਰੇਰਿਤ ਕਰੀਏ। ਦੈਟਸ ਰਾਈਟ ਤੇ ਇੱਥੇ ਤਾਂ ਇਹ ਦਿਖਦਾ ਹੈ ਕਿ ਸਾਡਾ ਸ਼ੋਅ ਆਫ ਹੈ ਕਿ ਦੇਖੋ ਤੁਸੀਂ ਮਨਾ ਕੀਤਾ ਸੀ ਫਿਰ ਵੀ ਬਟਾਕੇ ਚਲਾਏ ਹੈ। ਬਿਲਕੁਲ ਜੀ ਅਸੀਂ ਹਮੇਸ਼ਾ ਨਾ ਦਿਖਾਵੇ ਦੀ ਜਿਹੜੀ ਲਾਈਫ ਹੈ ਉਹਨੂੰ ਜ਼ਿਆਦਾ ਪ੍ਰਫਰ ਕਰਾ ਜਿਹੜਾ ਉਹ ਕਰਨ ਲੱਗ ਗਏ ਆ ਜੀ। ਅਸੀਂ ਐਕਚੁਅਲੀ ਦੇ ਵਿੱਚ ਉਹ ਸ਼ਾਇਦ ਫਨ ਤਾਂ ਘੱਟ ਹੋਊਗਾ ਪਰ ਰਿਐਲਿਟੀ ਕੀ ਹੈ ਕਿਉਂਕਿ ਮੈਂ ਤਾਂ ਕਹਿਣਾ ਕਿ ਦਿਖਾਵਾ ਰੀਜ਼ਨ ਇਹ ਆ ਕਿ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਨਾ ਗਲਤ ਕੰਮ ਫਿਰ ਉਹਨੂੰ ਆਪਾਂ ਨਾਲ ਰਿਕਾਰਡ ਵੀ ਕਰਦੇ ਆ। ਰਿਕਾਰਡ ਕਰਕੇ ਆਪਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਪੋਸਟ ਕਰਨਾ ਹੁੰਦਾ ਰੀਜ਼ਨ ਕੀ ਆ ਉਹ ਲੋਕਾਂ ਨੂੰ ਦਿਖਾਉਣਾ ਹੁੰਦਾ ਪਰ ਇਹਦੇ ਵਿੱਚ ਕਿਹੜੀ ਬੱਲੇ ਬੱਲੇ ਆ ਉਹ ਉਹ ਜਿਹੜੇ ਕਰਦੇ ਆ ਉਹਨਾਂ ਨੂੰ ਪਤਾ ਹੋਊਗਾ ਪਰ ਆਪਾਂ ਉਹਨੂੰ ਕਿਸੇ ਪਾਸੇ ਨਹੀਂ ਲੱਗੀ ਕੋਈ ਰੀਜ਼ਨ ਇਹ ਆ ਜਦੋਂ ਆਪਾਂ ਕਿਸੇ ਵੀ ਮਲਟੀਕਲਚਰਲ ਕੰਟਰੀ ਦੇ ਵਿੱਚ ਰਹਿੰਦੇ ਆ ਮਲਟੀਕਲਚਰਲ ਲੋਕਾਂ ਦੇ ਵਿੱਚ ਰਹਿੰਦੇ ਆ ਤਾਂ ਸਾਨੂੰ ਸਭ ਤੋਂ ਵੱਡਾ ਜਿਹੜਾ ਸਾਡਾ ਫਰਜ਼ ਆ ਉਹ ਇਹ ਬਣ ਜਾਂਦਾ ਕਿ ਅਸੀਂ ਉਹਨਾਂ ਕਦਰਾਂ ਕੀਮਤਾਂ ਦਾ ਉਹਨਾਂ ਦਾ ਜਿਹੜਾ ਧਿਆਨ ਆ ਉਹ ਰੱਖੀਏ ਕਿਉਂਕਿ ਰੀਜ਼ਨ ਇਹ ਆ ਵੀ ਦੀਵਾਲੀ ਦਾ ਜਿਹੜਾ ਇੱਕ ਤਿਹਾਰ ਆ ਉਹ ਅਸੀਂ ਸਾਰੇ ਜਣੇ ਰਲ ਮਿਲ ਕੇ ਮਨਾਉਨੇ ਪਰ ਇੱਥੇ ਕੋਈ ਆਫੀਸ਼ੀਅਲ ਜਿਹੜੀ ਛੁੱਟੀ ਆ ਉਹ ਦਿਵਾਲੀ ਦੀ ਨਹੀਂ ਹੁੰਦੀ ਹੈਗੀ ਕਿ ਆਫੀਸ਼ੀਅਲ ਛੁੱਟੀ ਦਾ ਮਤਲਬ ਇਹ ਆ ਕਿ ਵੀ ਸੈਕੰਡ ਡੇ ਜਾਂ ਕਿਸੇ ਨੇ ਉਸ ਦਿਨ ਜਿਹੜਾ ਹੈਗਾ ਜੀ ਕੰਮਕਾਰਾਂ ਦੇ ਉੱਤੇ ਨਹੀਂ ਜਾਣਾ ਕਿਉਂਕਿ ਅਗਰ ਛੁੱਟੀ ਹੋਊਗੀ ਤਾਂ ਅਗਰ ਤੁਸੀਂ ਲੇਟ ਨਾਈਟ ਤੱਕ ਵੀ ਕਿਸੇ ਨੂੰ ਡਿਸਟਰਬ ਕਰਦੇ ਹੋ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜਦੋਂ ਸੈਕੰਡ ਡੇ ਸਾਰਿਆਂ ਨੇ ਸਵੇਰੇ ਕਿਸੇ ਨੇ 5 ਵਜੇ ਕਿਸੇ ਨੇ 6 ਵਜੇ ਕਿਸੇ ਨੇ 7 ਵਜੇ ਆਪਣੀ ਸ਼ਿਫਟ ਆ ਜਿਹੜੀ ਸ਼ੁਰੂ ਕਰਨੀ ਹੁੰਦੀ ਆ ਤੇ ਅਸੀਂ 12 ਵਜੇ ਤੱਕ 1 ਵਜੇ ਤੱਕ ਪਟਾਕੇ ਬਜਾਵਾਂਗੇ ਤਾਂ ਡੈਫੀਨੇਟਲੀ ਉਹਦਾ बैड ਇਫੈਕਟ ਆ ਉਹ ਜਾਊਗਾ ਕਈ ਵੀਡੀਓਜ਼ ਨੇ ਜਿਹੜੀਆਂ ਵਾਇਰਲ ਹੋਈਆਂ ਰੀਜ਼ਨ ਕਿ ਆ ਕਿਉਂਕਿ ਜਿਹੜੀਆਂ ਇਹ ਵੀਡੀਓਜ਼ ਨੇ ਇਹਨਾਂ ਨੂੰ ਦੇਖ ਕੇ ਹੀ ਉਹ ਲੋਕ ਤੁਹਾਡੇ ਨਾਲ ਆ ਖਾਰ ਆ ਜਿਹੜੀ ਉਹ ਖਾਣ ਲੱਗ ਜਾਂਦੇ ਨੇ ਜਿਹਨੂੰ ਆਪਾਂ ਰੇਸਿਜ਼ਮ ਦਾ ਵਰਡ ਬਾਅਦ ਵਿੱਚ ਉਹ ਦੇ ਦਿੰਨੇ ਆ ਪਰ ਐਕਚੁਅਲ ਦੇ ਵਿੱਚ ਉਹ ਰੇਸਿਜ਼ਮ ਨਹੀਂ ਉਹ ਚੀਜ਼ਾਂ ਜਿਹੜੀਆਂ ਆਪਾਂ ਨੇ ਆਪਣੇ ਗਾਲ ਆਪੇ ਪਾਈਆਂ ਹੋਈਆਂ ਨੇ ਇਸ ਚੀਜ਼ ਤੋਂ ਥੋੜਾ ਜਿਹਾ ਬਚਣ ਦੀ ਬਹੁਤ ਜ਼ਰੂਰਤ ਆ ਤਾਂ ਕਿ ਆਪਾਂ ਨੇ ਕੱਲਾ ਆਪਣਾ ਧਿਆਨ ਨਹੀਂ ਰੱਖਣਾ ਆਪਾਂ ਨੇ ਆਪਣੇ ਗਵਾਂਡੀਆਂ ਦਾ ਧਿਆਨ ਵੀ ਰੱਖਣਾ ਆਪਣੇ ਏਰੀਆ ਦਾ ਧਿਆਨ ਵੀ ਰੱਖਣਾ ਜਿਵੇਂ ਅਰਵਿੰਦਰ ਭਾਜੀ ਨੇ ਗੱਲ ਕੀਤੀ ਆ ਕਿ ਹੁਣ ਗੱਡੀਆਂ ਖੜੀਆਂ ਨੇ ਜੀ ਗੱਡੀਆਂ ਦੇ ਵਿੱਚ ਜਾ ਕੇ ਤੁਸੀਂ ਅਗਰ ਉੱਥੇ ਪਟਾਕੇ ਚਲਾਓਗੇ ਗੱਡੀਆਂ ਨੂੰ ਵੀ ਅੱਗ ਲੱਗ ਸਕਦੀ ਆ ਔਰ ਨਾਲ ਦੀ ਨਾਲ ਘਰਾਂ ਨੂੰ ਜਿਹੜੀ ਅੱਗ ਲੱਗ ਸਕਦੀ ਆ ਜੇ ਸਿਟੀਜ਼ ਪ੍ਰਬੰਧ ਕਰਦੀਆਂ ਨੇ ਉਹ ਕਿਸੇ ਵਜ੍ਹਾ ਕਰਕੇ ਕਰਦੀਆਂ ਨੇ ਕਿ ਖੁੱਲ੍ਹੀ ਜਗ੍ਹਾ ਦੇ ਉੱਤੇ ਜਾ ਕੇ ਅਸੀਂ ਆਤਿਸ਼ਬਾਜੀ ਕਰਾਂਗੇ ਤੁਸੀਂ ਉਹ ਦੇਖ ਲਿਓ ਪਰ ਪਲਾਜ਼ਿਆਂ ਦੇ ਵਿੱਚ ਆਤਿਸ਼ਬਾਜੀ ਦੇ ਨਾਲ ਨਾਲ ਵਿੱਚ ਗੱਡੀਆਂ ਘਮਾਉਣ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵੀ ਸਾਹਮਣੇ ਆਈਆਂ ਨੇ ਸੋ ਹੁਣ ਜਿਹੜੀ ਗੱਲ ਕਰਦੇ ਆ ਜਿਹੜੀ ਚਕਾ ਚੌਂਦੜੀ ਜ਼ਿੰਦਗੀ ਆ ਜਿਹੜੀ ਇਹ ਦਿਖਾਵੇ ਵਾਲੀ ਜ਼ਿੰਦਗੀ ਆ ਇਹੀ ਤਾਂ ਨਹੀਂ ਕਿਤੇ ਸਾਨੂੰ ਗਲਤ ਪਾਸੇ ਨੂੰ ਧੱਕ ਕੇ ਲੈ ਕੇ ਜਾ ਰਹੀ ਜਿਨ੍ਹਾਂ ਦੇ ਵਿੱਚ ਵੈਪਨਸ ਦੀ ਗੱਲ ਕਰ ਲਈਏ ਜਿਨ੍ਹਾਂ ਦੇ ਵਿੱਚ ਡਰੱਗ ਦੀ ਗੱਲ ਕਰ ਲਈਏ ਜਿਹੜੀਆਂ ਇਹ ਇਲੀਗਲ ਐਕਟੀਵਿਟੀਜ਼ ਨੇ ਕਿਉਂਕਿ ਅਰਵਿੰਦਰ ਭਾਜੀ ਇਹਦੀ ਗੱਲ ਤਾਂ ਕੀਤੀ ਆ ਤੁਸੀਂ ਦੇਖੋਗੇ ਕਿ ਜਿੰਨੇ ਇਹ ਪਿੱਛੇ ਇਨਸੀਡੈਂਟਸ ਹੋਏ ਜਿੰਨੇ ਨਾਮ ਬੰਦਿਆਂ ਦੇ ਆਏ ਖਾਸ ਕਰਕੇ ਡਰੱਗ ਚਾਹੇ ਬਾਰਡਰ ਦੇ ਉੱਤੇ ਬੰਦੇ ਫੜੇਗੇ ਮੈਂ 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 ਖੇਲ ਸਾਹਿਬ ਮੈਂ ਤੁਹਾਡੀ ਤੁਹਾਡੀ ਗੱਲ ਤੁਸੀਂ ਇਦਾਂ ਹੀ ਜਾਰੀ ਰੱਖਿਓ ਮੈਂ ਦੱਸਣਾ ਚਾਹੂੰਗਾ ਜਿਹੜਾ ਕੱਲ ਪਰਸਪਤ ਫੜਿਆ ਆ ਪਾਕਲੈਂਡ ਬ੍ਰਿਟਿਸ਼ ਕੋਲੰਬੀਆ ਤੋਂ ਜੀ ਇਨਵੈਸਟੀਗੇਟਰਸ ਨੇ 54 ਕਿਲੋ ਦਾ ਫੈਂਟਾਨਾਇਲ ਫੜੀ ਹੈ ਜੀ ਜੀ ਉਹਦੇ ਚ ਪ੍ਰੀਕਰ ਸਰਜ਼ ਨੇ ਕੈਮੀਕਲਸ ਨੇ 390 ਕਿਲੋ ਗ੍ਰਾਮ ਮੈਥੈਫੈਟਾਈਨ ਹੋ ਗਈ ਜੀ ਹਮ 35 ਕਿਲੋ ਕੋਕੇਨ 20 ਕਿਲੋ ਕੋਕੈਨ ਤੁਸੀਂ ਸੋਚ ਕੇ ਦੇਖੋ ਵੀ ਇਹ ਇੱਕ ਪੰਜਾਬੀ ਬੰਦੇ ਦਾ ਜਿਹਦਾ ਨਾਮ ਆ ਰਿਹਾ ਆ ਉਹਦੀ ਡਰੱਗ ਲੈਬ ਹੈ ਕਹਿੰਦੇ ਕੈਨੇਡਾ ਦੀ ਹਿਸਟਰੀ ਸਭ ਤੋਂ ਵੱਡੀ ਡਰੱਗ ਲੈਬ ਫੜੀ ਗਈ ਹੈ ਸੀਜ਼ ਕੀਤੀ ਹੈ ਜੀ 15 ਕਿਲੋ ਐਮਡੀਐਮਏ ਪਤਾ ਨਹੀਂ ਕੀ ਹੋ ਗਿਆ ਇਹ 6 ਕਿਲੋ ਕੈਨੇਬਿਸ ਫੜੀਆਂ ਨੇ ਇਹਦੇ ਨਾਲ 89 ਹਥਿਆਰ ਜਿਦੇ ਚ ਹੈਂਡ ਗਨਸ ਏਆਰ 15 ਸਟਾਈਲ ਰਾਈਫਲਸ ਤੇ ਸਬ ਮਸ਼ੀਨ ਗਨਸ ਜੀ ਇਹ ਇਸ ਧੰਦੇ ਦੇ ਵਿੱਚ ਪੰਜਾਬੀਆਂ ਦਾ ਨਾਂ ਉੱਪਰ ਕਿਹਾ ਰਿਹਾ ਅਦਾਲਤਾਂ ਕੱਲ ਨੂੰ ਕੀ ਫੈਸਲਾ ਕਰਦੀਆਂ ਵੱਖਰੀ ਗੱਲ ਹੈ ਪਰ ਸਾਡਾ ਨਾਂ ਕਿਉਂ ਆਵੇ ਜੀ ਇੰਨਾ ਧੰਦਿਆਂ ਦੇ ਪਰ ਸਭ ਤੋਂ ਵੱਡੀ ਗੱਲ ਹੈ ਜੀ ਦੇਖੋ ਜਿਹੜਾ ਇੰਨਾ ਇਹ ਡਰੱਗ ਇਲੀਗਲ ਤਿਆਰ ਹੋਣੀ ਸੀ ਇਹ ਵੰਡੀ ਤਾਂ ਕੈਨੇਡਾ ਦੇ ਲੋਕਾਂ ਨੂੰ ਇਹ ਜਾਣੀ ਸੀ ਕਿ ਉਹਦੇ ਨਾਲ ਕਿੰਨੇ ਲੋਕਾਂ ਦੀ ਜਾਨ ਜਾਣੀ ਸੀ ਕਿੱਡਾ ਵੱਡਾ ਇਹ ਜਿਹੜਾ ਰੈਕਟ ਆ ਜਿਹਦਾ ਪਰਦਾ ਫਾਸ਼ ਹੋਇਆ ਪਰ ਗੱਲ ਅਗੇਨ ਇਹੀ ਆ ਕਿ ਇੰਨਾ ਪੈਸਾ ਇੰਨੇ 100 ਮਿਲੀਅਨ ਕਮਾ ਕੇ ਉਜਾਣਾ ਕਿੱਥੇ ਆ ਕਰਨਾ ਕੀ ਆ ਕੀ ਸਿਰਫ ਚੱਕਾ ਚਾਉਂਦੀ ਜ਼ਿੰਦਗੀ ਦੇ ਲਈ ਮੈਂ ਅੱਜ ਵੀ ਕਿਸੇ ਦੇ ਨਾਲ ਜਦੋਂ ਰਸਤੇ ਚਾਉਂਦਾ ਸੀ ਜੀ ਸਟੂਡੀਓ ਨੂੰ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਆ ਇਹ ਗੱਡੀਆਂ ਦੀ ਦੌੜ ਇਹ ਵੱਡੇ ਘਰਾਂ ਦੀ ਦੌੜ ਇਹ ਦਿਖਾਵੇ ਵਾਲੀ ਜ਼ਿੰਦਗੀ ਕੀ ਇਹ ਸਿਰ ਪੰਜਾਬੀਆਂ ਦੇ ਹਿੱਸੇ ਆਈ ਹੈ ਹੋਰ ਕਮਿਊਨਿਟੀ ਕਿਉਂ ਨਹੀਂ ਕਰਦੀ ਕਿਉਂਕਿ ਨਾ ਮੇਰਾ ਵਾਹ ਵਾਸਤਾ ਗੁਜਰਾਤੀ ਕਮਿਊਨਿਟੀ ਦੇ ਨਾਲ ਕਾਫੀ ਹੈ ਜੀ ਗੁਜਰਾਤੀ ਬਿਜ਼ਨਸ ਮਾਈਂਡਡ ਆਲਵੇਜ਼ ਮੰਨੇ ਜਾਂਦੇ ਨੇ ਜੀ bizness minded ਨੇ ਪਰ ਮੈਂ ਇਹ ਜਿਹੇ ਗਜਰਾਤੀ ਮੇਰੇ ਫਰੈਂਡਸ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਜੀ ਵੀ ਜਿਨ੍ਹਾਂ ਦੇ ਕੋਲੇ millions of dollars ਨੇ ਚੰਗੇ biznesses ਨੇ ਪਰ ਤੁਸੀਂ ਉਹਨਾਂ ਦਾ ਰੈਂਡ ਸੈਂਡ ਦਾ ਤਰੀਕਾ ਦੇਖੋਗੇ ਇੰਨਾ ਕਿ ਜ਼ਿਆਦਾ ਸਿੰਪਲ ਆ ਇੰਨਾ ਕਿ ਸਾਦਾ ਤੇ ਗੱਡੀਆਂ ਜਿਹੜੀਆਂ ਆ ਨੇ ਉਹ ਜੀ ਉਹ ਨੋਰਮਲ ਜਿਹੜੇ ਰੱਖਦੇ ਨੇ ਪਰ ਗੱਲ ਹੁਣ ਇਹ ਆ ਕਿ ਵੀ ਇਹ ਕਿਉਂ ਰੀਜ਼ਨ ਕੀ ਆ ਕਾਦੇ ਪਿੱਛੇ ਅਸੀਂ ਇਸ ਜ਼ਿੰਦਗੀ ਦੇ ਵਿੱਚ ਕੀ ਪੈ ਗਏ ਆ ਕਿਉਂ ਲੱਗਦਾ ਕਿ ਰੀਜ਼ਨ ਇਹ ਆ ਵੀ ਸਾਡੀ ਸੋਸਾਇਟੀ ਉਹ ਜੀ ਆ ਕਿ ਜੇ ਆਪਾਂ ਕਿਸੇ ਦੇ ਵਿੱਚ ਜਾ ਕੇ ਬੈੰਨੇ ਆ ਰਿਸ਼ਤੇਦਾਰਾਂ ਦੇ ਵਿੱਚ ਜਾ ਕੇ ਬੈੰਨੇ ਆ ਜੀ ਰੀਸੈਂਟਲੀ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਹੋਰ ਦਿੰਨਾ ਕਿਸੇ ਮੇਰੇ ਲਾਅਰ ਆ ਜੀ ਦੋਸਤ ਉਹਨਾਂ ਦੇ ਨਾਲ ਗੱਲ ਹੋ ਰਹੀ ਸੀਗੀ ਹਨਾ ਉਹ ਮੈਨੂੰ ਕਹਿੰਦਾ ਵੀ ਸਭ ਤੋਂ ਜ਼ਿਆਦਾ ਜਿਹੜੇ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਨਾ ਕ੍ਰਾਈਸਿਸ ਜਾਂ ਕਾਫੀ ਚੱਲ ਰਿਹਾ ਰੇਟ ਆਫ ਇੰਟਰਸਟ ਵਧਣ ਦੇ ਨਾਲ ਕਾਫੀ ਲੋਕ ਪ੍ਰੋਬਲਮਸ ਦੇ ਵਿੱਚੋਂ ਨਿਕਲ ਰਹੇ ਨੇ ਮਾਰਗੇਜ ਦੇ ਵਿੱਚ ਡਿਫਾਲਟ ਹੋ ਰਹੇ ਨੇ ਸੈਕੰਡ ਥਰਡ ਮਾਰਗੇਜਸ ਲਈਆਂ ਹੋਈਆਂ ਨੇ ਉਹ ਮੈਨੂੰ ਕਹਿੰਦਾ ਵੀ ਇਹ ਠੀਕ ਆ ਬੰਦੇ ਡਿਫਾਲਟ ਤਾਂ ਬਹੁਤ ਹੋ ਰਹੇ ਨੇ ਪਰ ਕਹਿੰਦਾ ਗੱਡੀਆਂ ਸਾਰਿਆਂ ਨੇ ਰੇਂਜ ਰੋਵਰ ਤੇ ਮਰਸੀਡੀਜ਼ ਰੱਖੀਆਂ ਹੋਈਆਂ ਨੇ ਉਹਨਾਂ ਦਾ 2-2025-2500 ਡਾਲਰ ਪਰ ਮਹੀਨਾ ਦਾ ਕਿੱਥੋਂ ਅਫੋਰਡ ਕਰਦੇ ਨੇ ਦੇਖੋ ਜਿੱਥੋਂ ਕਰਨਾ ਪੈਂਦਾ ਪਰ ਹੁਣ ਗੱਲ ਇਹ ਆ ਕਿਉਂਕਿ ਅਸੀਂ ਦਿਖਾਉਣਾ ਰਿਸ਼ਤੇਦਾਰਾਂ ਨੂੰ ਦਿਖਾਉਣਾ ਦੋਸਤਾਂ ਨੂੰ ਦਿਖਾਉਣਾ ਖਾਸ ਕਰਕੇ ਇੰਡੀਆ ਬੈਠੇ ਆਪਣੇ ਹੋਰ ਮਿੱਤਰਾਂ ਨੂੰ ਯਾਰ ਅਸੀਂ ਤਾਂ ਇੱਥੇ ਮਰਸੀਡਿਸ ਰੱਖੀਆਂ ਹੋਈਆਂ ਨੇ ਅਸੀਂ ਤਾਂ ਇੱਥੇ ਰੇਂਜ ਰੋਵਰਾਂ ਰੱਖੀਆਂ ਹੋਈਆਂ ਨੇ ਅਸੀਂ ਉਹਨਾਂ ਦੇ ਨਾਲ ਪਿਕਚਰਜ਼ ਕਲਿੱਕ ਕਰਕੇ ਉਹਨਾਂ ਨੂੰ ਸੈਂਡ ਕਰਨੀਆਂ ਨੇ ਸੋ ਮੈਨੂੰ ਲੱਗਦਾ ਇਹੀ ਇੱਕ ਬਹੁਤ ਵੱਡਾ ਰੀਜ਼ਨ ਆ ਕਿ ਜਿਹੜੀ ਦਿਖਾਵੇ ਦੀ ਜ਼ਿੰਦਗੀ ਆ ਜਿਹੜੀ ਦਿਖਾਵੇ ਦੀ ਲਾਈਫ ਆ ਉਹ ਸਾਨੂੰ ਕਿਤੇ ਨਾ ਕਿਤੇ ਜਾ ਕੇ ਕਿਲ ਕਰ ਰਹੀ ਹੈ ਜਦੋਂ ਕਿਲ ਕਰਦੀ ਆ ਤਾਂ ਫਿਰ ਉਹ ਤੋਂ ਬਾਅਦ ਅਸੀਂ ਕਿਸੇ ਨਾ ਕਿਸੇ ਹਜ਼ਾਰ ਰਸਤਾ ਜਿਹੜਾ ਉਹ ਚੁਣ ਲੈਨੇ ਆ ਜਿਹਦਾ ਕਿ ਜਿਹੜਾ ਖਮਿਆਜ਼ਾ ਉਹ ਸਾਨੂੰ ਆਉਣ ਵਾਲੇ ਦਿਨਾਂ 'ਚ ਭੁਗਤਣਾ ਪੈਂਦਾ ਕਿਹੜੀਆਂ ਉਮਰਾਂ ਨੇ ਜੀ ਪਿਛੇ ਇੱਕ 5 ਜਾਨੇ ਫੜੇ ਬ੍ਰੈਮਟਨ ਦੇ ਵਿੱਚ ਇੱਕ ਫੈਮਿਲੀ ਦੇ ਤਿੰਨ ਜਾਨੇ ਨੇ ਜੀ ਤੇ ਜਦੋਂ ਆਪਾਂ ਉਹਨਾਂ ਦੀ ਉਮਰ ਦੇਖਦੇ ਹਾਂ 20 ਸਾਲ ਦੀ ਤੇ 22 ਸਾਲ ਦੀ ਤੇ ਉਹਨਾਂ ਦੇ ਕੋਲੋਂ ਤੁਹਾਨੂੰ ਇਲੀਗਲ ਵੈਪਨਸ ਮਿਲਣ ਤਾਂ ਫਿਰ ਅਸੀਂ ਕੀ ਐਕਸਪੈਕਟ ਕਰਾਂਗੇ ਜਿਹੜੀ ਸਾਡੀ ਜਵਾਨੀ ਆ ਉਹ ਕਿੱਧਰ ਨੂੰ ਜਾ ਰਹੀ ਆ ਔਰ ਆਉਣ ਵਾਲਾ ਜੀ ਉਹਦਾ ਕੀ حال ਆ ਜਾਂਗੀ 21 ਹਸ਼ਹਰਾ ਉਹ ਹੋਊਗਾ ਉਹਦਾ ਅੰਦਾਜ਼ਾ ਲਾ ਪਾ ਸਕਦੇ ਤੁਸੀਂ ਦੇਖੋ ਉਹਦੇ ਚ ਜਦੋਂ ਤਸਵੀਰ ਲੱਗਦੀ ਹੈ ਕਿ ਮਾਂ ਪੁੱਤ ਫੜੇਗਾ ਇਹ ਨਾਲ ਇੱਕ ਬੰਦਾ ਹੋਰ ਫੜਿਆ ਗਿਆ ਸੋ ਕਿੰਨਾ ਮਾੜਾ ਲੱਗਦਾ ਆ ਕਿਸ ਕਦਰ ਬਲੁੰਦਰੇ ਜਾਂਦੇ ਨੇ ਪੰਜਾਬੀਆਂ ਦੇ ਦਿਲ ਜੀ ਕਿ ਹੁਣ ਆ ਪੰਜਾਬੀ ਇੰਨੀਆਂ ਤਸਵੀਰਾਂ ਡਰੱਗਜ਼ ਦੇ ਨਾਲ ਆਰਮਜ਼ ਦੇ ਨਾਲ ਉਹ ਵੀ ਕੈਨੇਡਾ ਵਰਗੇ ਮੁਲਕਾਂ ਚ ਜਿਹਦਾ ਡ੍ਰੀਮ ਲੈਂਦੇ ਸੀਗੇ ਲੋਕ ਜੀ ਜਿਦੇ ਕਰਕੇ ਅਸੀਂ ਇੱਥੇ ਆਏ ਆ ਇੱਕ ਸਾਫ਼ ਸੁਥਰਾ ਜੀਵਨ ਦੇ ਦਈਏ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਅਕਸਰ ਕਹਿੰਦੇ ਆ ਜੀ ਅੱਜ ਤਾਂ ਬੱਚਿਆ ਕਰਕੇ ਆਏ ਸੀ ਜੀ ਅਕਸਰ ਆ ਜੀ ਜੀ ਤੇ ਬੱਚਿਆਂ ਕਰਕੇ ਕਹਤੇ ਆਏ ਸੀ ਤੁਸੀਂ ਭਾਈ ਆਪਦੇ ਘਰ ਕੇ ਆਉ ਜਿਆਣਾ ਸੀ ਸੋ ਬੱਚਿਆ ਕਰਕੇ ਆਏ ਹੋ ਚਾਹੇ ਬੱਚੇ 'ਤੇ ਜੇ ਆ ਤੁਸੀਂ ਕਿਸੇ ਵੀ ਤਰੀਕੇ ਭੇਜਿਆ ਤਾਂ ਉਹਨਾਂ ਨੂੰ ਇੱਕ ਨੈਤਿਕ ਸਿੱਖਿਆ ਦੇਣੀ ਬਹੁਤ ਲਾਜ਼ਮੀ ਹੈ ਅਜਿਹੇ ਮੁਲਕ ਦੇ ਵਿੱਚ ਜਿੱਥੇ ਹੁਣ ਜਿੱਦਾਂ ਸੀਜ਼ਨ ਚੱਲ ਰਿਹਾ ਹੈ ਵਿੰਟਰ ਦਾ ਤੇ ਵਿੰਟਰ ਦੇ ਸੀਜ਼ਨ 'ਚ ਥੋਡੀਆਂ ਬੱਚੀਆਂ ਟੋਡੇ ਮੁੰਡੇ ਉਹ ਜਦੋਂ ਕੱਲੇ ਰਹਿ ਰਹੇ ਨੇ ਉਹਨਾਂ ਨੂੰ ਜ਼ਰੂਰਤ ਹੈ ਕਿਸੇ ਸਾਥ ਦੀ ਉਹਨਾਂ ਨੂੰ ਬਹੁਤ ਮੁਸ਼ਕਲ ਨੇ ਇੱਥੇ ਦੇ ਹਾਲਾਤ ਜਦੋਂ ਉਹ ਕੱਲਾ ਆ ਡਿਪਰੈਸ਼ਨ ਦੇ ਵਿੱਚ ਹੈ ਉਹਦੇ ਕੋਲੇ ਕੰਮ ਨਹੀਂ ਹੈ ਜਾਂ ਉਹ ਕੰਮ ਤੇ ਘੱਟ ਪੈਸੇ ਮਿਲਦੇ ਨੇ ਉਹ ਬਰਫ ਪੈਂਦੀ ਚ ਸਾਰੀ-ਸਾਰੀ ਰਾਤ ਕਿਸੇ ਰੈਸਟੋਰੈਂਟ ਤੇ ਕੰਮ ਕਰਦੀਆਂ ਨੇ ਬੱਚੀਆਂ ਸਾਡੀਆਂ ਸਾਡੀਆਂ ਭੈਣਾਂ ਮਜਬੂਰ ਨੇ ਅੰਡਰ ਉਹਦੇ ਤੇ ਜਿਹੜੀ ਕਹਿੰਦੇ ਆ ਅੰਡਰਵੇਜ ਇਸ ਦੇ ਅੰਡਰਵੇਜ ਅੰਡਰਵੇਜ ਕੰਮ ਕਰਨ ਲਈ ਕਿ ਭਾਈ ਜੇ 16 ਡਾਲਰ 17 ਡਾਲਰ ਸਰਕਾਰੀ ਹੈ ਤੇ ਅਸੀਂ ਤਾਂ 8 ਡਾਲਰ ਨੂੰ ਵੀ ਕੰਮ ਕਰਨ ਨੂੰ ਤਿਆਰ ਆ ਕਿਉਂ ਕਿ ਕਿਉਂਕਿ ਜਾਂ ਤਾਂ ਕਿਸੇ ਦਾ ਸਟੇਟਸ ਨਹੀਂ ਹੈ ਜੀ ਕੋਈ ਸੁਪਰ ਵੀਜ਼ਾ ਤੇ ਆ ਤੇ ਜਾਂ ਕੋਈ ਅਜੇਹਾ ਆ ਗਿਆ ਜਿਹੜਾ ਸਟੂਡੈਂਟ ਹੈ ਉਹ ਕਹਿੰਦਾ ਮੈਂ ਤਾਂ ਹੋਰ ਪੈਸੇ ਕਮਾਣੇ ਆ ਮੇਰੇ ਤਾਂ ਘਰਦਿਆਂ ਨੇ ਕਰਜ਼ਾ ਚੱਕਿਆ ਹੋਇਆ ਫਿਰ ਇਹ ਨੂੰ ਹੈ ਜੀ ਲੜਤਾ ਇਹ ਜੇ ਪੰਜਾਬੀਆਂ ਤੇ ਸਾਡੇਆਂ ਤੇ ਜਿਹੜੇ ਆਪਣੀਆਂ ਧੀਆਂ ਨੂੰ ਆਪਣੇ ਮੁੱਦਿਆਂ ਨੂੰ ਸਿਰਫ ਇਹਸ ਕਰਕੇ ਕਹਿ ਦਿੰਦੇ ਕਿ ਭਾਈ ਇੱਕ ਵਾਰੀ ਭੇਜਤਾ ਜਿੱਦਾਂ ਮਰਜ਼ੀ ਕਰਕੇ ਹੁਣ ਤੂੰ ਆਪ ਆਪਦੀ ਫੀਸ ਕਰ ਲੈ ਉਹਨਾਂ ਨੂੰ ਪੜ ਲੈਣ ਦਿਓ ਮੁੜ ਕੇ ਪੀਆਰ ਹੋ ਜਾਣਗੇ ਸਾਰਾ ਕੁਝ ਤੁਹਾਡੇ ਕੋਲ ਆਣਾ ਉਹ ਵਿਆਜ ਸਣੇ ਮੇਰੇ ਖਲ 100 ਗੁਣਾ ਵੱਧ ਵਿਆਜ ਮੋੜ ਦੇਣਗੇ ਜੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੜਾ ਲਾਉਂਗੇ ਜੀ ਬਿਲਕੁਲ ਤੁਸੀਂ ਲਾਣਨ ਦੀ ਗੱਲ ਕੀਤੀ ਆ ਸਿਟੀ ਆਫ ਬ੍ਰੈਂਟਨ ਦੇ ਮੇਅਰ ਨੇ ਜੀ ਪਿਛਲੇ ਦਿਨਾਂ ਦੇ ਵਿੱਚ ਸਾਰੇ ਕਾਉਂਸਲਰਜ਼ ਦੇ ਨਾਲ ਰਲ ਕੇ ਇੱਕ ਬਿਆਨ ਦਿੱਤਾ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਲੈਂਡਲਾਰਡਸ ਵੱਲੋਂ ਔਰ ਜਾਂ ਜਿਹੜੇ ਉਹਨਾਂ ਦੇ EMPLOYEES ਨੇ ਉਹਨਾਂ ਵੱਲੋਂ ਜੈਂਸੀ ਸ਼ੋਸ਼ਣ ਤੱਕ ਕੀਤਾ ਜਾ ਰਿਹਾ ਆਪਣੀ ਪੰਜਾਬੀ ਲੜਕੀਆਂ ਦਾ ਹੁਣ ਤੁਸੀਂ ਦੇਖੋ ਕਿ ਵੀ ਸਾਡੇ ਲਈ ਯਾਰ ਪੈਸਾ ਇੰਨਾ ਹੀ ਜ਼ਰੂਰੀ ਹੋ ਗਿਆ ਕਿ ਕਿਸੇ ਟਾਈਮ ਦੇ ਉੱਤੇ ਜਦੋਂ ਪਿੰਡਾਂ ਦੇ ਵਿੱਚ ਕੁੜੀਆਂ ਜਾਂਦੀਆਂ ਸੀਗੀਆਂ ਨਾ ਉਹਨਾਂ ਨੂੰ ਚਾਚੇ ਤਾਏ ਜਾਂ ਹੋਰ ਜਿਹੜੇ ਪਿੰਡ ਦੇ ਮੋਤਵਾਰ ਕੋਈ ਵੀ ਸੀਗਾ ਉਹਨਾਂ ਤੋਂ ਦੇਖ ਕੇ ਕਿ ਡਰ ਲੱਗਦਾ ਸੀਗਾ ਕੁੜੀ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦੀ ਹੁੰਦੀ ਕਿਉਂਕਿ ਰੀਜ਼ਨ ਕੀ ਸੀ ਉਹਨੂੰ ਡਰ ਸੀਗਾ ਕਿ ਵੀ ਯਾਰ ਮੇਰੇ ਪਿੰਡ ਦਾ ਕੋਈ ਦੇਖ ਲੂਗਾ ਤੇ ਹੁਣ ਅੱਜ ਦੀ ਡੇਟ ਦੇ ਵਿੱਚ ਉਹਦੇ ਵਿੱਚ ਹੁਣ ਗੱਲ ਪਤਾ ਕੀ ਆ ਇੱਥੇ ਆ ਕੇ ਕੁੜੀਆਂ ਨੂੰ ਜਾਂ ਅਸੀਂ ਜਿਹੜੇ ਬੱਚੇ ਨੇ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ ਜੀ ਮੈਂ ਇਹਦੇ ਵਿੱਚ ਸਭ ਤੋਂ ਵੱਡਾ ਦੋਸ਼ ਮੰਨੂਗਾ ਜੀ ਮਾਪੇ ਦਾ ਕਿਉਂਕਿ ਕਿਤੇ ਨਾ ਕਿਤੇ ਜੱਗ ਜਿਹੜਾ ਲਾਲਚ ਆ ਨਾ ਉਹ ਮਾਪੇ ਦਾ ਵੀ ਆ ਰੀਜ਼ਨ ਕੀ ਆ ਅਰਵਿੰਦਰਪਾ ਜੀ ਮੈਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਨਾ ਇੰਡੀਆ ਗਿਆ ਕਈਆਂ ਦੇ ਨਾਲ ਮੇਰੀ ਪੰਜਾਬ ਦੇ ਵਿੱਚ ਗੱਲਬਾਤ ਹੋਈ ਨੌਨ ਸੀਗੇ ਚਲੋ ਉਹਨਾਂ ਨੇ ਦੱਸਿਆ ਜੀ ਮੇਰਾ ਮੁੰਡਾ ਗਿਆ ਮੇਰੀ ਕੁੜੀ ਗਈ ਆ ਮੇਰਾ ਦੋਤਾ ਮੇਰਾ ਦੋਤੀ ਚਲੋ ਸਾਰਿਆਂ ਦੇ ਆ ਜੀ ਵੈਲਕਮ ਆ ਕੈਨੇਡਾ ਦੇ ਵਿੱਚ ਆ ਦੇਖੋ ਪਰ ਗੱਲ ਇਹ ਆ ਕਿ ਜੇ ਜਦੋਂ ਆਪਾਂ ਕਰਦੇ ਚੱਕ ਕੇ ਜਾਂ ਪਿੱਛੇ ਆਪਾਂ ਬੈਕਸਪੋਰਟ ਨਹੀਂ ਕਰ ਸਕਦੇ ਤਾਂ ਫਿਰ ਉਹ ਚੀਜ਼ਾਂ ਦੇ ਨਾਲ ਐਡਾ ਮਤਲਬ ਐਡਾ ਵੀ ਕਿੱਡਾ ਕਿ ਕਰੇਜ਼ ਆ ਅਸੀਂ ਕਿਹਨੂੰ ਦਿਖਾਉਣਾ ਕੀ ਅਸੀਂ ਆਂਡੀਆਂ ਗਵਾਂਡੀਆਂ ਨੂੰ ਦਿਖਾਉਣਾ ਰਿਸ਼ਤੇਦਾਰਾਂ ਨੂੰ ਦਿਖਾਉਣਾ ਮੇਰੇ ਹਿਸਾਬ ਦੇ ਨਾਲ ਤਾਂ ਸ਼ਾਇਦ ਦਿਖਾਉਣਾ ਹੀ ਆ ਸੋ ਇਸੇ ਵਜ੍ਹਾ ਕਰਕੇ ਆਪਾਂ ਐਡੇ ਐਡੇ ਜਿਹੜੇ ਕਰਜ਼ੇ ਆ ਉਹ ਚੱਕ ਕੇ ਬੱਚਿਆਂ ਨੂੰ ਬਾਹਰ ਭੇਜਦੇ ਆ ਤੇ ਫਿਰ ਇੱਥੋਂ ਆ ਕੇ ਜਦੋਂ ਆਪਾਂ ਇਦਾਂ ਦੀਆਂ ਦੁੱਖ ਹੁੰਦਾ ਜਦੋਂ ਗੋ ਫੰਡ ਮੀਂ ਦੇ ਅਕਾਊਂਟ ਬਣਦੇ ਆ ਕਿਸੇ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਕਿਸੇ ਦੀ ਐਕਸੀਡੈਂਟ ਦੇ ਨਾਲ ਮੌਤ ਹੋ ਗਈ আর ਸਭ ਤੋਂ ਵੱਡੀ ਗੱਲ ਤਾਂ ਕਿ ਡਿਪਰੈਸ਼ਨ ਦੇ ਵਿੱਚ ਜਾ ਕੇ ਜਿਹੜੇ ਆਤਮ ਹੱਤਿਆ ਕਰਦੇ ਨੇ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਕ ਮੌਤ ਤਾਂ ਚਲੋ ਐਕਸੀਡੈਂਟ ਦੇ ਵਿੱਚ ਹੋਣੀ ਉਹ ਇੱਕ ਡਿਫਰੈਂਟ ਸਟੋਰੀ ਹੋ ਜਾਂਦੀ ਆ ਕਿ ਇੱਕ ਚਲੋ ਕੰਮ ਕਰਦਾ ਸੀਗਾ ਬੱਚਾ ਉਹਦਾ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਪਰ ਜਿਨ੍ਹਾਂ ਨੇ ਡਿਪਰੈਸ਼ਨ ਦੇ ਵਿੱਚ ਆ ਕੇ ਖੁਦਕੁਸ਼ੀ ਕੀਤੀ ਆ ਉਦੇ ਬਾਰੇ ਸੋਚਿਆ ਕਿ ਕਿਉਂ ਖੁਦਕੁਸ਼ੀ ਕੀਤੀ ਕਿਉਂ ਕਿ ਕਿਉਂਕਿ ਰੀਜ਼ਨ ਇਹ ਆ ਕਿ ਉਹ ਇੰਨੇ ਕ ਜਿਆਦਾ ਬੱਚੇ ਡਿਪਰੈਸਡ ਨੇ ਆਪਣੀਆਂ ਫੀਸਾਂ ਨਹੀਂ ਕੱਢ ਸਕਦੇ ਆਪਣੇ ਰੈਂਟ ਨਹੀਂ ਪੇ ਕਰ ਸਕਦੇ ਤੇ ਜਾਂ ਤਾਂ ਫਿਰ ਉਹ ਗਲਤ ਧੰਦਿਆਂ ਦੇ ਵਿੱਚ ਸ਼ਾਮਲ ਹੋਣਗੇ ਜੋ ਗਲਤ ਧੰਦਿਆਂ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਫਿਰ ਉਹ ਇਦਾਂ ਦਾ ਕੋਈ ਗਲਤ ਸਟੈਪ ਆ ਜਿਹੜਾ ਉਹ ਲੈਣਗੇ ਤਾਂ ਕਿ ਜਿਹੜੀ ਆਪਣੀ ਮੌਤ ਆ ਉਹ ਆਪਣੇ ਆਪ ਉਹ ਸਹੇੜਦੇ ਨੇ ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਆ ਔਰ ਇਹੀ ਰੀਜ਼ਨ ਆ ਕਿ ਚਗਾ ਚੌਣ ਦੀ ਲਾਈਫ ਅਸੀਂ ਚਾਹੁੰਦੇ ਆ ਪਰ ਕੰਟਰੀ ਦੇ ਰੂਲਸ ਦੇ ਮੁਤਾਬਕ ਨਹੀਂ ਚਾਹੁੰਦੇ ਇੱਥੇ ਦੇ ਸਿਸਟਮ ਦੇ ਮੁਤਾਬਕ ਨਹੀਂ ਚਾਹੁੰਦੇ ਇਹ ਹੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਕਿਤੇ ਨਾ ਕਿਤੇ ਗਲਤ ਤੰਦੇ ਨੂੰ ਧੱਕ ਦੀਆਂ ਨੇ ਮੇਰੀ ਕਿਸੇ ਨਾਲ ਚਲੋ ਆਫੀਸ਼ਲ ਆਪਾਂ ਨਾਮ ਨਹੀਂ ਲੈ ਸਕਦੇ ਲਾਈਵ ਆ ਜੀ ਮੇਰੇ ਕੋਈ ਦੋਸਤ ਨੇ ਪ੍ਰਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਜੀ ਸ਼ਰਿਆਮ ਆਫਰ ਕੀਤਾ ਜਾਂਦਾ ਜਿਹੜੇ ਬੱਚੇ ਨਵੇਂ ਲਾਇਸੈਂਸ ਲੈਂਦੇ ਨੇ ਉਹਨਾਂ ਨੂੰ ਸ਼ਰਿਆਮ ਆਫਰ ਕੀਤਾ ਜਾਂਦਾ ਕਿ ਤੂੰ ਇੱਕ ਘੇੜਾ ਲਾ ਦੇ ਡਰੱਗ ਦਾ ਤੇ ਤੈਨੂੰ ਜਿਹੜਾ ਐਨਾ ਪੈਸਾ ਉਹ ਅਸੀਂ ਦਵਾਂਗੇ ਤੇ ਹੁਣ ਇੱਕ ਬੱਚੇ ਨੇ 2 ਮਹੀਨੇ ਦੇ ਵਿੱਚ ਉਹਨਾਂ ਪੈਸਾ ਕਮਾਉਣਾ ਤੇ ਇੱਕ ਨੂੰ ਇੱਕ ਘੇੜੇ ਦਾ ਮਤਲਬ ਉਹਨਾਂ ਪੈਸਾ ਉਹ ਦਿੱਤਾ ਜਾਊਗਾ ਤੇ ਉਹਦੇ ਮਨ ਦੇ ਉੱਤੇ ਇੱਕ ਵਾਰੇ ਅਸਰ ਤਾਂ ਹੋਊਗਾ ਪਰ ਜਿਹੜੇ ਉਹ ਆਫਰ ਕਰਦੇ ਨੇ ਉਹ ਕੌਣ ਨੇ ਉਹ ਵੀ ਪੰਜਾਬੀ ਨੇ ਕਿਉਂਕਿ ਰੀਜ਼ਨ ਕੀ ਆ ਉਹਨਾਂ ਨੇ ਪਿੱਛੇ ਬੈਠ ਕੇ ਆਪਣਾ ਪੈਸਾ ਬਣਾਉਣਾ ਪਰ ਉਹਦੇ ਵਿੱਚ ਮਰਦਾ ਕੌਣ ਆ ਜਿਹੜਾ ਇੱਕ ਪਿਆਦਾ ਜਿਹਨੂੰ ਤੁਸੀਂ ਇੱਕ ਲਾਲਚ ਦੇ ਕੇ ਮੂਰੇ ਕਰਤਾ ਜਿਹੜੇ ਅਸਲੀ ਸੱਪ ਨੇ ਉਹ ਤਾਂ ਹਜੇ ਵੀ ਪਿੱਛੇ ਬੈਠੇ ਨੇ ਸੱਪ ਨਹੀਂ ਕਹਿ ਸਕਦੇ ਉਹਨੂੰ ਆਪਾਂ ਮગરਮੱਛ ਕਹਾਂਗੇ ਉਹ ਮગરਮੱਛ ਨੇ ਯਾਰ ਮગરਮੱਛਾਂ ਦਾ ਤੇ ਸਭ ਨੂੰ ਪਤਾ ਵੀ ਆ ਕਿ ਦੇ ਆਰ ਮੇਕਿੰਗ ਮਨੀ ਐਂਡ ਉਹ ਕਿਸ ਲੈਵਲ ਤੱਕ ਉਹਨਾਂ ਦੇ ਲਿੰਕ ਨੇ ਉਹ ਵੀ ਸਾਰਿਆਂ ਨੂੰ ਪਤਾ ਪਰ ਗੱਲ ਤਾਂ ਇਹ ਆ ਕਿ ਵੀ ਉਹਨਾਂ ਨੂੰ ਹੱਥ ਪਾਵੇ ਕੌਣ ਕਿਉਂਕਿ ਉਹ ਆਪਣਾ ਕਿਤੇ ਨਾਮ ਆਉਣੇ ਨਹੀਂ ਦਿੰਦੇ ਹੈਗੇ ਪਰ ਇਹ ਚੀਜ਼ਾਂ ਜਿਹੜੀਆਂ ਸਮਝਾਉਣੀਆਂ ਨੇ ਇਹ ਮਾਪੇ ਦਾ ਵੱਡੇ ਬਜ਼ੁਰਗਾਂ ਦਾ ਜਾ ਜਿਨ੍ਹਾਂ ਦੇ ਰਿਲੇਟਿਵਸ ਇੱਥੇ ਹੈਗੇ ਨੇ ਬੱਚਿਆਂ ਦੇ ਉਹਨਾਂ ਨੂੰ ਸਮਝਾਉਣ ਦਾ ਜਿਹੜਾ ਫਰਜ ਆ ਉਹ ਬਣਦਾ ਕਿ ਜਿਹੜੀ ਇਹ ਲਾਈਫ ਆ ਨਾ ਚੱਕਾ ਚਾਉਂ ਵਾਲੀ ਜ਼ਿੰਦਗੀ ਆ ਇਹ ਬੜੀ ਸ਼ਾਰਟ ਟਰਮ ਆ ਇਹ ਸ਼ਾਰਟ ਟਰਮ ਗੇਮਸ ਨੇ ਇੱਕ ਵਾਰ ਤੁਹਾਡੇ ਕੋਲੇ ਪੈਸਾ ਜ਼ਰੂਰ ਆ ਜਾਊਗਾ ਪਰ ਜਿੱਦਣ ਤੁਹਾਡਾ ਰੈਕર્ડ ਤੁਹਾਡਾ ਨਾਮ ਇਹ ਸਾਰੀਆਂ ਚੀਜ਼ਾਂ ਦੇ ਨਾਲ ਜੁੜ ਗਿਆ ਤੁਹਾਡੇ ਉੱਤੇ ਕ੍ਰਿਮੀਨਲ ਕੇਸਸ ਬਣ ਗਏ ਤਾਂ ਤੁਹਾਡਾ ਇਸ ਕੰਟਰੀ ਦੇ ਵਿੱਚ ਜਿਹੜੀ ਲਾਈਫ ਆ ਉਹ ਜ਼ੀਰੋ ਆ ਪਰ ਅਦਰਵਾਈਜ਼ ਅਗਰ ਤੁਸੀਂ ਸਲੋਲੀ ਉਹ ਤੁਸੀਂ ਸੁਣੀ ਹੋਣੀ ਆ ਜੀ ਜਿਹੜੀ ਕਹਾਵਤ ਆ ਇੱਕ ਉਹ ਕਛੂ ਕੰਮਾਂ ਤੇ ਉਹ ਬੜੀ ਸਾਰਿਆਂ ਨੇ ਪੜ੍ਹੀ ਹੋਣੀ ਆ ਰੈਬਟ ਵਾਲੀ ਖਰਗੋਸ਼ ਵਾਲੀ ਖਰਗੋਸ਼ ਪਹੁੰਚਦਾ ਜਲਦੀ ਜਾਊਗਾ ਪਰ ਜਿਹੜਾ ਕਛੂ ਕਮਾ ਨਾ ਹੌਲੀ ਹੌਲੀ ਚੱਲਦਾ ਪਰ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਦਾ ਸੋ ਸੇਮ ਸਟੋਰੀ ਸਾਡੀ ਆ ਜੀ ਆਪਣੀ ਜਿਹੜੇ ਬੰਦੇ ਇੱਕ ਇਲੀਗਲ ਐਕਟੀਵਿਟੀਜ਼ ਤੋਂ ਬਿਨਾ ਸਹੀ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਆਪਣੀ ਰੇਸ ਸ਼ੁਰੂ ਕਰਦੇ ਨੇ ਉਹ ਚੱਲਦੇ ਤਾਂ ਸਲੋ ਜ਼ਰੂਰ ਨੇ ਪਰ ਉਹ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਦੇ ਨੇ ਕੰਟਰੀ ਬਹੁਤ ਵਧੀਆ ਪਾਰੇਸ ਕੰਟਰੀ ਦੇ ਅਗਰ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਾਂਗੇ ਇਹ ਲੋੜ ਨਾ ਪੈ ਜਵੇ ਕਿ ਹੁਣ ਪੰਜਾਬ ਪੁਲਿਸ ਵਾਲਾ ਕੰਮ ਹੋ ਜਵੇ ਤੇ ਇੱਥੇ ਵੀ ਜਿਹੜੀ ਪੁਲਿਸ ਆ ਉਹਨੂੰ ਪੰਜਾਬ ਪੁਲਿਸ ਵਾਂਗੂ ਡੰਡੇ ਚੱਕਣੇ ਪੈ ਜਾਣ ਲੋਕ ਜੀ ਅਕਸਰ ਗੱਲ ਕਰਦੇ ਆ ਅਰਵਿੰਦਰ ਪਾਜੀ ਕਹਿੰਦੇ ਯਾਰ ਇੱਥੇ ਦੀ ਪੁਲਿਸ ਢਿੱਲੀ ਆ ਐਕਚੁਅਲੀ ਦੇ ਵਿੱਚ ਪੁਲਿਸ ਢਿੱਲੀ ਨਹੀਂ ਹੈਗੀ ਕਿਉਂਕਿ ਪੁਲਿਸ ਉਸ ਕੰਮ ਲਈ ਬਣੀ ਹੋਈ ਨਹੀਂ ਸੀਗੀ ਜੀ ਇਹ ਕੰਟਰੀ ਦੇ ਰੂਲਸ ਐਂਡ ਰੈਗੂਲੇਸ਼ਨਸ ਉੱਥੇ ਸਿਟੀਜ਼ਨ ਆਪ ਸਿਟੀਜ਼ਨ ਸਮਝ ਕੇ ਫਾਲੋ ਕਰਦੇ ਸੀ ਗਿਲ ਸਾਹਿਬ ਇਹਨਾਂ ਦੀ ਲੋੜ ਹੀ ਨਹੀਂ ਸੀ ਪਈ ਮੈਨੂੰ ਮੈਨੂੰ ਇਹ ਲੱਗਦਾ ਆ ਇੱਥੇ ਵਾਲਿਆਂ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਫੁੱਲਾਂ ਦੇ ਨਾਲ ਕੰਡੇ ਵੀ ਆਣਗੇ ਉਹਨਾਂ ਨੇ ਪੰਜਾਬੀ ਸੱਦ ਲਈ ਇੰਡੀਅਨ ਸੱਦ ਲਈ ਏਸ਼ੀਅਨ ਸੱਦ ਲਈ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਫੁੱਲ ਤਾਂ ਦਿਸਦੇ ਆ ਉਤੋਂ ਵੀ ਇੱਡਾ ਹੀ ਸਰਮਾਇਆ ਲੈ ਕੇ ਆਣਗੇ ਕੰਟਰੀ ਦੇ ਵਿੱਚ ਇੰਨੀਆਂ ਫੀਸਾਂ ਪੇ ਕਰ ਦੇਣਗੇ ਆਪਣੀਆਂ ਜ਼ਮੀਨਾਂ ਵੇਚ ਦੇਣਗੇ ਕਰਜ਼ਦਾਰ ਹੋ ਜਾਣਗੇ ਪਰ ਇਹਨਾਂ ਦੇ ਨਾਲ ਇਹਨਾਂ ਦੀਆਂ ਆ ਬੜੀਆਂ ਗੰਦੀਆਂ ਹੈਬਿਟਸ ਨੇ ਇਹ ਵੀ ਆਣ ਗਈਆਂ ਬਹੁਤ ਮਿਹਨਤੀ ਕੌਮ ਹੈ ਪੰਜਾਬੀਆਂ ਦੀ ਬਹੁਤ ਮਿਹਨਤ ਨਾਲ ਅੱਗੇ ਵਧੇ ਨੇ ਜੀ ਕਈ ਬਰਾਦਰੀਆਂ ਨੇ ਪੰਜਾਬੀਆਂ ਨੇ ਜਿਹੜੀਆਂ ਇਸ ਵੇਲੇ ਕੈਨੇਡਾ ਦੇ ਵਿੱਚ ਪੂਰੇ ਅਸਮਾਨ ਨੂੰ ਛੁੰਦੀਆਂ ਨੇ ਪਰ ਜਦੋਂ ਅਸੀਂ ਇਸ ਅਸਮਾਨ 'ਚ ਟਾਕੀਆਂ ਨਾਲ ਲੱਗ ਜਾਂਦੇ ਆ ਉਦੋਂ ਸਾਨੂੰ ਮੁਸ਼ਕਲਾਂ ਪੈਦਾ ਹੁੰਦੀਆਂ ਨੇ ਫਿਰ ਗਿਲਸਾਭ ਇੱਥੇ ਉਹੀ ਗੱਲ ਆਉਂਦੀ ਆ ਕਿ ਵੀ ਪੁੱਤ ਤਾਂ ਆਪਣਾ ਮਾੜਾ ਬਾਣੀਏ ਨੂੰ ਕੀ ਦੋਸ਼ ਦੇਣਾ ਸੋ ਅਸੀਂ ਦੋਸ਼ ਦੇ ਦਿੰਨੇ ਆ ਕੈਨੇਡੀਅਨ ਸਿਸਟਮ ਨੂੰ ਅਖੇ ਜੀ ਇਹ ਵਾਪਸ ਭੇਜ ਰਹੇ ਨੇ ਇਨਾਂ ਨੇ ਹੁਣ ਰਿਵਰਸ ਮਾਈਗ੍ਰੇਸ਼ਨ ਦਾ 트ੈਂਡ ਚਲਾਤਾ ਜੀ ਇੱਥੇ ਬੜੇ ਲੋਕ ਤੰਗ ਹੋ ਗਏ ਇੱਥੇ ਕੰਮ ਨਹੀਂ ਹੈਗੇ ਸਾਰਾ ਕੁਝ ਹੈਗਾ ਜੀ ਸਿਰਫ ਪੋਜ਼ਿਟਿਵ ਹੋਣ ਦੀ ਲੋੜ ਹੈ ਮੈਂ ਗਿੱਲ ਸਾਹਿਬ ਤੋਂ ਹੁਣ ਅਖੀਰ ਦੇ ਵਿੱਚ ਮੇਰੇ ਖਿਆਲ ਅਸੀਂ ਇੱਕ ਦੋ ਮਿੰਟ ਹੋਰ ਗੱਲ ਕਰਾਂਗੇ ਪਰ ਇੱਕ ਸਲਾਹ ਨਹੀਂ ਕਿ ਇਹਨਾਂ ਤੋਂ ਚਾਹੂੰਗਾ ਕਿਉਂਕਿ ਇਹ ਇੱਥੇ ਰੀਅਲ ਅਸਟੇਟ ਦਾ ਵੀ ਕੰਮ ਕਰਦੇ ਆ ਮਾਰਗੇਜ ਦਾ ਵੀ ਕੰਮ ਕਰਦੇ ਆ ਗਿੱਲ ਸਾਹਿਬ ਇੱਕ ਸਲਾਹ ਕਿਉਂਕਿ ਦੇਖੋ ਪ੍ਰੋਬਲਮ ਸਾਡੇ ਸਾਹਮਣੇ ਨੇ ਇਹ ਅਸੀਂ ਵੀ ਡਿਸਕਸ ਕਰ ਲਿਆ ਹੋਰ ਵੀ ਲੋਕ ਕਰਦੇ ਆ ਪਰ ਇੱਕ ਪੋਜ਼ਿਟਿਵ ਥਾਟ ਜਿੱਦਾਂ ਦਾ ਤੁਹਾਡਾ ਸੁਭਾਅ ਆ ਜਿਸ ਕਦਰ ਤੁਸੀਂ ਇੱਥੇ ਵਿਦਿਆਰਥੀਆਂ ਨੂੰ ਜਾਂ ਜਿਹੜੇ ਪੀਆਰ ਹੁੰਦੇ ਨੇ ਜਾਂ ਨਵੇਂ ਇਮੀਗ੍ਰੈਂਟਸ ਆਉਂਦੇ ਨੇ ਉਹਨਾਂ ਨੂੰ ਤੁਸੀਂ ਗਾਈਡ ਕਰਦੇ ਹੋ ਆਪਣੀ ਸ਼ੇਰੋ ਸ਼ੈਰੀ ਨਾਲ ਲੋਕ ਸੱਚਾਈਆਂ ਦੇ ਨਾਲ ਇੱਕ ਸੱਚਾਈ ਇਹ ਦੱਸੋ ਕਿ ਜਿਹੜਾ ਬੰਦਾ ਅੱਜ ਪਲਾਨ ਕਰੇ ਕਿ ਜੀ ਮੈਂ ਆਪਣਾ ਘਰ ਲੈਣਾ ਆ ਜਾਂ ਮੈਂ ਆਪਣਾ ਬਿਜ਼ਨਸ ਲੈਣਾ ਆ ਔੜੀ-ਕੌੜੀ ਉਹ ਪਲੈਨਿੰਗ ਦਾ ਫਸ ਸਟੈਪ ਕੀਆ ਸੈਕੰਡ ਕੀਆ ਹੌਲੀ ਹੌਲੀ ਉਹ ਕਿਦਾਂ ਵਧੇ ਤਾਂ ਕੋ ਮਤਲਬ 2-3 ਸਾਲ ਦੇ ਵਿੱਚ ਉਹਨੂੰ ਇਹ ਲੱਗੇ ਕਿ ਭਾਈ ਹੁਣ ਮੈਂ ਠੀਕ ਆ ਜੀ ਬਹੁਤ ਦੇਖੋ ਇੱਥੇ ਸਟੂਡੈਂਟਸ ਨੇ ਆ ਕੇ ਵੱਡੇ ਵੱਡੇ ਬਿਜ਼ਨੈਸਸ ਨੇ ਜਿਹੜੇ ਸ਼ੁਰੂ ਕੀਤੇ ਨੇ ਜਿਵੇਂ ਮੈਂ ਪਹਿਲਾਂ ਇੱਕ ਐਗਜ਼ਾਮਪਲ ਦਿੱਤੀ ਆ ਸਲੋ ਐਂਡ ਸਟਡੀ ਵਿਨਸ ਦਾ ਰੇਸ ਜਿਨੇ ਤਰੀਕੇ ਦੇ ਨਾਲ ਹੌਲੀ ਹੌਲੀ ਕਰਕੇ ਕਰਨਾ ਉਹ ਰੇਸ ਦੇ ਵਿੱਚ ਵਿਨ ਹੁੰਦਾ ਹੀ ਆ ਅਸੀਂ ਵੀ ਉਹਨਾਂ ਸਿਚੁਏਸ਼ਨਸ ਦੇ ਵਿੱਚੋਂ ਨਿਕਲੇ ਆ ਅਸੀਂ ਵੀ ਫੈਕਟਰੀਆਂ ਦੇ ਵਿੱਚ ਜੋਬਸ ਕੀਤੀਆਂ ਨੇ ਅਸੀਂ ਵੀ ਸਿਕਿਉਰਿਟੀ ਗਾਰਡ ਦੀਆਂ ਜੋਬ ਕੀਤੀਆਂ ਨੇ ਪਰ ਕੋਈ ਸ਼ਾਰਟਕਟ ਮੈਥਡ ਨਹੀਂ ਅਪਣਾਇਆ ਤੇ ਸ਼ਾਰਟਕਟ ਤੁਸੀਂ ਵੀ ਨਹੀਂ ਅਪਣਾਉਣਾ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਵਿਦਿਆਰਥੀਆਂ ਦੀ ਗੱਲ ਕੀਤੀ ਹੈ ਜੀ ਮੈਂ ਇੱਕ ਦਿਨ ਪੋਸਟ ਵੀ ਪਾਈ ਸੀ ਇੱਕ ਅਰਵਿੰਦਰ ਪਾਜੀ ਕਿ ਇੱਕ ਉਹ ਵੀ ਨੇ ਜਿਹੜੇ ਫੋਰਟ ਆਨਡ ਕুইਨ ਦੇ ਉੱਤੇ ਧਰਨਾ ਲਾਈ ਬੈਠੇ ਨੇ 24 ਘੰਟੇ ਉੱਥੇ ਬੈੰਦੇ ਨੇ ਜਿਹੜੇ ਕਹਿੰਦੇ ਨੇ ਕਿ ਯਾਰ ਸਾਨੂੰ ਵਰਕ ਪਰਮਿਟ ਐਕਸਟੈਂਡ ਕਰੋ ਸਾਨੂੰ ਪੀਆਰ ਦਿਓ ਸਾਨੂੰ ਇਸ ਕੰਟਰੀ ਦੇ ਵਿੱਚ ਰਹਿਣ ਦੇ ਲਈ ਜਗ੍ਹਾ ਦਿਓ ਅਸੀਂ ਇੰਨਾ ਕੰਟਰੀਬਿਊਸ਼ਨ ਇਸ ਕੰਟਰੀ ਦੇ ਵਿੱਚ ਕੀਤਾ ਆ ਤੇ ਸਾਡਾ ਇਥੇ ਹੱਕ ਬਣਦਾ ਰਹਿਣ ਦਾ ਤੇ ਦੂਜੇ ਉਹ ਨੇ ਜਿਨ੍ਹਾਂ ਨੇ ਪਲਾਜ਼ਿਆਂ ਦੇ ਵਿੱਚ ਜਾ ਕੇ ਗੱਡੀਆਂ ਘਮਾਉਣੀਆਂ ਨੇ ਔਰ ਜਿਨ੍ਹਾਂ ਨੂੰ ਟ੍ਰਿਨਿਟੀ ਕਾਮਨ ਮਾਲ ਦੇ ਵਿੱਚ ਕਿੰਨੀਆਂ ਹੀ ਸੌਆਂ ਦੇ ਵਿੱਚ ਜਿਹੜੀਆਂ ਟਿਕਟਾਂ ਨੇ ਉਹ ਮਿਲੀਆਂ ਨੇ ਤੇ ਉਹ ਲੋਕ ਕੌਣ ਨੇ ਤੇ ਜਿਹੜੇ ਟ੍ਰਿਨਟੀ ਦੇ ਵਿੱਚ ਗੰਦ ਪਾਉਂਦੇ ਨੇ ਤੇ ਉਹ ਲੋਕ ਕੌਣ ਨੇ ਇਹ ਚੀਜ਼ ਨੂੰ ਦੇਖ ਲੋ ਜਿਹੜੇ ਸ਼ਰਾਬ ਚੋਰੀ ਕਰਦੇ ਫੜੇ ਗਿਆ ਕਿੰਨਾ ਵੀਡੀਓ ਬਿਲਕੁਲ ਜੀ ਇਹ ਨਾ ਬੰਦੇ ਬੰਦੇ ਦਾ ਫਰਕ ਹੈ ਪਰ ਜਿਹੜੇ ਕੁਸ਼ਕ ਨੇ ਉਹ ਕੁਸ਼ਕ ਬੈਡ ਐਕਸ ਦੇ ਕਾਰਨ ਜਿਹੜੇ ਬਾਕੀ ਸਾਰੇ ਬੱਚੇ ਨੇ ਉਹ ਵੀ ਟ੍ਰਬਲ ਦੇ ਵਿੱਚ ਆ ਰਹੇ ਨੇ ਸੋ ਜਿਹੜੀ ਤੁਸੀਂ ਗੱਲ ਕੀਤੀ ਆ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਅਗਰ ਤੁਸੀਂ ਆਪਣਾ ਇੰਟਰਸਟ ਦੇਖਣਾ ਕਿ ਤੁਹਾਨੂੰ ਕਿਸ ਫੀਲਡ ਦੇ ਵਿੱਚ ਇੰਟਰਸਟ ਆ ਅਜੀ ਬਿਜ਼ਨੈਸ ਬਹੁਤ ਸ਼ੁਰੂ ਕਰਦੇ ਆ بڑے ਬਿਜ਼ਨਸਾਂ ਦੇ ਵਿੱਚ ਆਉਨੇ ਆ ਛੱਡਦੇ ਵੀ ਆ ਕਿਉਂ ਨਹੀਂ ਕਾਮਯਾਬ ਹੁੰਦੇ ਰੀਜ਼ਨ ਇਹ ਹੁੰਦਾ ਕਿ ਜਦ ਤੱਕ ਆਪਾਂ ਕੋਈ ਵੀ ਕੰਮ ਦਿਲੋਂ ਨਹੀਂ ਕਰਦੇ ਸਾਡਾ ਮਨ ਨਹੀਂ ਮੰਨਦਾ ਉਨੀ ਦੇਰ ਤੱਕ ਅਸੀਂ ਉਸ ਬਿਜ਼ਨਸ ਦੇ ਵਿੱਚ ਉਸ ਕੰਮ ਦੇ ਵਿੱਚ ਸਕਸੈਸਫੁਲ ਨਹੀਂ ਹੋ ਸਕਦੇ ਉਹ ਚਾਹੇ ਜੌਬ ਆ ਚਾਹੇ ਉਹ ਬਿਜ਼ਨਸ ਆ ਤੁਸੀਂ ਕਦੇ ਵੀ ਦੇਖ ਲਿਓ ਜਦੋਂ ਤੁਹਾਡਾ ਮਨ ਪਸੰਦੇ ਦਾ ਤੁਸੀਂ ਬਿਜ਼ਨਸ ਦੇ ਵਿੱਚ ਜਾਓਗੇ ਦੈਨ ਤੁਸੀਂ ਸਕਸੈਸ ਹੋਣਾ ਸਭ ਤੋਂ ਪਹਿਲਾਂ ਤਾਂ ਇਹ ਚੂਜ਼ ਕਰਨਾ ਕਿ ਵੀ ਮੇਰਾ ਇੰਟਰਸਟ ਕਿਸ ਸਾਈਡ ਨੂੰ ਤੁਸੀਂ ਕੋਈ ਮਕੈਨਿਕ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਹੋ ਤੁਸੀਂ ਕੋਈ ਆਫਿਸ ਜੌਬ ਕਰਨਾ ਚਾਹੁੰਦੇ ਹੋ ਤੁਸੀਂ ਡਿਸਪੈਚ ਦਾ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਟਰਕਿੰਗ ਦਾ ਸ਼ੌਕ ਆ ਵਾਟਐਵਰ ਇਟ ਬੀ ਜਿਹੜੇ ਕੰਮ ਦੇ ਵਿੱਚ ਤੁਹਾਡਾ ਇੰਟਰਸਟ ਆ ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਪ੍ਰੋਪਰ ਕੰਮ ਕਰੋ 2 ਸਾਲ 3 ਸਾਲ ਜੌਬ ਕਰੋ ਉਹਦੀਆਂ ਜਿਹੜੀਆਂ ਇਨ ਐਂਡ ਆਊਟਸ ਨੇ ਪ੍ਰੋਸ ਐਂਡ ਕੌਨਸ ਨੇ ਉਹਦੇ ਉਹ ਸਿੱਖੋ ਤਾਂ ਕਿ ਤੁਹਾਨੂੰ ਜਦੋਂ ਕੱਲ ਨੂੰ ਪ੍ਰੋਬਲਮਜ਼ ਆਉਣਗੀਆਂ ਤਾਂ ਤੁਸੀਂ ਉਹਦੇ ਵਿੱਚ ਇੱਕਦਮ ਬਾਹਰ ਆ ਜਿਹੜਾ ਉਹ ਆ ਸਕੋ ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਕ੍ਰੈਡਿਟ ਸਕੋਰਸ ਨੇ ਸਭ ਤੋਂ ਵੱਡੀ ਜਿਹੜਾ ਇੱਥੇ ਹਥਿਆਰ ਆ ਨਾ ਜੀ ਉਹ ਆਪਣਾ ਕ੍ਰੈਡਿਟ ਸਕੋਰ ਆ ਜਾਰਾ ਦਾ ਅਸੀਂ ਆਪਣੇ ਕ੍ਰੈਡਿਟ ਸਕੋਰਸ ਨੂੰ ਹਿੱਟ ਕਰਵਾ ਕੇ ਹੁਣ ਮੈਂ ਦੇਖਿਆ ਜੀ ਅਕਸਰ ਵੱਡੀਆਂ ਗੱਡੀਆਂ ਦੇ ਚੱਕਰ 'ਚ ਪੈ ਜਾਂਦੇ ਆ ਕ੍ਰੈਡਿਟ ਸਕੋਰ ਬਾਰ-ਬਾਰ ਹਿੱਟ ਹੁੰਦੇ ਨੇ ਕ੍ਰੈਡਿਟ ਡਾਊਨ ਆ ਜਾਂਦਾ ਫਿਰ ਹਾਈ ਰੇਟ ਆਫ ਇੰਟਰਸਟ ਦੇ ਉੱਤੇ ਗੱਡੀਆਂ ਚੱਕ ਲੀਆਂ ਤੇ ਉਸ ਤੋਂ ਬਾਅਦ ਕ੍ਰੈਡਿਟ ਜਮੇ ਹੀ ਡੈੱਡ ਆ ਉਹ ਤੁਹਾਡਾ ਸਭ ਤੋਂ ਇੱਕ ਵੱਡਾ ਹਥਿਆਰ ਆ ਇਸ ਕੰਟਰੀ ਦੇ ਵਿੱਚ ਅਗਰ ਤੁਹਾਡਾ ਕ੍ਰੈਡਿਟ ਸਕੋਰ ਸਹੀ ਆ ਨਾ ਤੁਸੀਂ ਚਾਹੇ ਲੱਖਾਂ ਦੇ ਕਰਜ਼ੇ ਚੱਕ ਲਓ ਨੋ ਬੋਡੀ ਕੈਨ ਕੁਐਸ਼ਨ ਯ ਸਹੀ ਰੱਖੋ ਛੋੜੇ ਲੈਵਲ ਤੋਂ ਇੱਕ ਸ਼ੁਰੂ ਕਰੋ ਫਿਰ ਤੁਸੀਂ ਦੇਖਿਓ ਕਿਉਂਕਿ ਮਲਟੀਪਲੀਕੇਸ਼ਨ ਜਦੋਂ ਹੁੰਦੀ ਹੈ ਨਾ ਜੀ ਫਿਰ ਬਹੁਤ ਫਾਸਟ ਹੁੰਦੀ ਹੈ ਸਟਾਰਟਿੰਗ ਆਲਵੇਜ਼ ਘੱਟ ਆ 2 ਦੁਣੀ 4 4 ਦੁਣੀ 16 ਤੇ 16 16 ਜੇ ਤੁਸੀਂ ਦੇਖ ਲਓ ਵੀ ਜਾ ਕੇ ਕਿੱਥੇ ਹੋਣਾ ਜਦੋਂ ਮਲਟੀਪਲੀਕੇਸ਼ਨ ਹੁੰਦੀ ਹੈ ਤੇ ਬਹੁਤ ਵੱਡੇ ਲੈਵਲ ਤੇ ਹੁੰਦੀ ਹੈ ਜਿਲਸਾਬ ਜਿਹੜਾ ਕ੍ਰੈਡਿਟ ਸਕੋਰ ਹੈ ਨਵਾਂ ਜਿਹੜਾ ਕੋਈ ਇਮੀਗ੍ਰੈਂਟ ਆਂਦਾ ਆ ਉਹਨੂੰ ਅਜੇ ਨਹੀਂ ਸਮਝ ਹੁੰਦੀ ਕਿ ਕ੍ਰੈਡਿਟ ਸਕੋਰ ਕਿੱਦਾਂ ਚੈੱਕ ਕਰਨਾ ਹੈ ਕੀ ਚੈੱਕ ਕਰਨਾ ਹੈ ਇਹ ਜ਼ਰੂਰ ਇੱਕ ਟੋਟਕਾ ਜਾਂ ਦੱਸੋਗੇ ਭਾਈ ਇਹ ਕਿੱਦਾਂ ਚੈੱਕ ਕਰਨਾ ਹੈ ਬਿਲਕੁਲ ਜੀ ਕ੍ਰੈਡਿਟ ਸਕੋਰ ਆ ਜਿਹੜਾ ਤੁਹਾਡਾ ecoifax.ca ਇੱਕ ਵੈਬਸਾਈਟ ਆ ਤੁਸੀਂ ਉੱਤੇ ਜਾ ਕੇ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਤੁਸੀਂ ਆ ਕੇ ਇੱਥੇ ਦੋ ਕ੍ਰੈਡਿਟ ਕਾਰਡਸ ਨੇ ਆਪਣੇ ਜਰੂਰ ਲੈਣੇ ਆ ਔਰ ਉਹਨੂੰ ਆਪਾਂ ਕ੍ਰੈਡਿਟ ਲਾਈਨਸ ਕਹਿੰਦੇ ਆ ਉਹ ਚਾਹੇ ਤੁਸੀਂ ਕਿਸੇ ਬੈਂਕ ਦਾ ਇੱਕ ਕ੍ਰੈਡਿਟ ਕਾਰਡ ਲੈ ਸਕਦੇ ਹੋ ਜਾਂ ਜਿਹੜੀ ਹੋਰ ਰੈਪਿਊਟਡ ਕੰਪਨੀ ਨੇ ਜਿਵੇਂ ਵਾਲਮਾਰਟ ਹੋ ਗਿਆ ਆਪਣਾ ਹੋ ਗਿਆ ਜੀ ਬਾ ਕੈਨੇਡੀਅਨ ਟਾਇਰ ਹੋ ਗਿਆ ਜਾਂ ਆਪਣੇ ਕੋਸਕੋ ਹੋ ਗਿਆ ਵਾਟਐਵਰ ਇਟ ਬੈਲ ਬੀ ਤੁਸੀਂ ਦੋ ਜਣੀਆਂ ਲਾਈਨਸ ਨੇ ਆਪਣੀਆਂ ਉਹ ਲੈਣੀਆਂ ਨੇ ਉਸ ਤੋਂ ਬਾਅਦ ਤੁਸੀਂ ਜਿਹੜਾ ਮੈਕਸਿਮਮ ਯੂਜ਼ ਕਰਨਾ ਉਹ ਕੈਸ਼ ਯੂਜ਼ ਨਹੀਂ ਕਰਨਾ ਕ੍ਰੈਡਿਟ ਕਾਰਡ ਤੋਂ ਯੂਜ਼ ਕਰਨਾ ਤੇ ਉਹਨੂੰ ਔਨ ਟਾਈਮ ਦੇ ਉੱਤੇ ਪੇ ਕਰਨਾ ਜਦੋਂ ਤੁਹਾਡਾ ਲੈਣਾ ਦੇਣਾ ਬਣ ਜਾਂਦਾ ਨਾ ਇੱਕ ਚੀਜ਼ ਦੇ ਨਾਲ ਉਹਨੂੰ ਆਪਾਂ ਕ੍ਰੈਡਿਟ ਸਕੋਰ ਤੁਹਾਡਾ ਅਪ ਹੋਣਾ ਸ਼ੁਰੂ ਹੋ ਜਾਂਦਾ ਫਿਰ ਤੁਸੀਂ ਸਮੇਂ-ਸਮੇਂ ਤੇ ਮਹੀਨੇ ਬਾਅਦ ਦੋ ਮਹੀਨੇ ਬਾਅਦ ਚਾਰ ਮਹੀਨੇ ਬਾਅਦ ecoefx.ca ਦੇ ਉੱਤੇ ਜਾਓ ਤੇ ਜਾਣ ਤੋਂ ਬਾਅਦ ਤੁਸੀਂ ਆਪਣਾ ਕ੍ਰੈਡਿਟ ਸਕੋਰ ਚੈੱਕ ਕਰੋ 680 ਪਲੱਸ ਜਿਹੜਾ ਕ੍ਰੈਡਿਟ ਸਕੋਰ ਆ ਤੁਹਾਡਾ ਉਹਨੂੰ ਸਭ ਤੋਂ ਬੈਸਟ ਆ ਜਿਹੜਾ ਕੈਨੇਡਾ ਦੇ ਵਿੱਚ ਮੰਨਿਆ ਜਾਂਦਾ ਜਦੋਂ ਵੀ ਤੁਸੀਂ ਕੋਈ ਚੀਜ਼ ਲੈ ਕੇ ਜਾਓਗੇ ਉਹਨਾਂ ਨੇ ਤੁਹਾਨੂੰ ਕਹਿਣਾ ਕ੍ਰੈਡਿਟ ਸਕੋਰ ਤੁਹਾਡਾ ਚੈੱਕ ਕਰਨਾ ਤੇ ਉਹ ਤੁਹਾਡਾ ਕ੍ਰੈਡਿਟ ਸਕੋਰ ਸਹੀ ਆ ਤੇ ਉਹਨਾਂ ਨੇ ਤੁਹਾਨੂੰ ਚੱਕ ਕੇ ਕੋਈ ਵੀ ਤੁਸੀਂ ਕਰਜ਼ਾ ਲੈਣਾ ਕੋਈ ਵੀ ਚੀਜ਼ ਲੈਣੀ ਆ ਤਾਂ ਤੁਹਾਨੂੰ 1 ਮਿੰਟ ਦੇ ਵਿੱਚ ਫੜਾ ਦੇਣੀ ਆ ਸੋ ਕ੍ਰੈਡਿਟ ਸਕੋਰ ਦਾ ਜਿਹੜਾ ਧਿਆਨ ਰੱਖਣਾ ਇਹੀ ਤੁਹਾਡਾ ਇੱਕ ਐਸੈਟ ਆ ਤੁਹਾਡੀ ਪਾਕਟ ਦੇ ਵਿੱਚ ਬੈਂਕ ਬੈਲੈਂਸ ਚਾਹੇ ਹੋਵੇ ਚਾਹੇ ਨਾ ਹੋਵੇ ਤੁਹਾਡਾ ਕ੍ਰੈਡਿਟ ਸਕੋਰ ਆ ਜਿਹੜਾ ਉਹ ਪੂਰਾ ਵਧੀਆ ਹੋਣਾ ਚਾਹੀਦਾ ਇਹਦੇ ਨਾਲ ਨਾਲ ਮੈਂ ਦੋਸਤੋ ਇਹ ਵੀ ਦੱਸਣਾ ਚਾਹੂੰਗਾ ਜਿਹੜੇ ਕੋਈ ਸਟੂਡੈਂਟ ਵੀ ਆਉਂਦੇ ਆ ਜਾਂ ਕੋਈ ਨਵੇਂ ਇਮੀਗ੍ਰੈਂਟ ਆ ਗਏ ਪੀਆਰ ਹੋ ਕੇ ਆ ਗਏ ਆ ਵਰਕ ਪਰਮਿਟ ਤੇ ਆ ਗਏ ਆ ਉਹ ਗੱਲ ਸਰ ਤੁਸੀਂ ਵੀ ਇਹਦੇ ਚ رائے ਦੇ ਦਿਓ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਜੇ ਤੁਹਾਡਾ ਕੋਈ ਇੱਥੇ ਯਾਰ ਮਿੱਤਰ ਦੋਸਤ ਹੈਗਾ ਆ ਕੋਈ ਜਾਂ ਕੋਈ ਤੁਹਾਨੂੰ ਲੱਗਦਾ ਕਿ ਬਹੁਤ ਕਰੀਬੀ ਆ ਜਿਹਦੇ ਤੇ ਤੁਹਾਨੂੰ ਅਥਾ ਵਿਸ਼ਵਾਸ ਹੈ ਉਹਦੇ ਨਾਲ ਰਣ ਕੇ ਇੱਕ ਅਧੀ ਕੰਪਨੀ ਖੋਲ ਲਓ ਜਿਦੇ ਚ ਤੁਸੀਂ ਕੰਮ ਕਰ ਸਕਦੇ ਹੋ ਜਿਸ ਫੀਲਡ ਦੇ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਇੱਕ ਕੰਪਨੀ ਖੋਲ ਕੇ ਰੱਖ ਦੋ ਉਹਦੇ ਚ ਹੌਲੀ ਹੌਲੀ ਐਜ਼ ਅ ਕੰਟਰੈਕਟਰ ਕੰਮ ਕਰੀ ਜਾਓ ਕਿਉਂਕਿ ਤੁਹਾਡੇ ਕੋਲੇ ਜਿਹਦੇ ਕੋਲੇ ਵਰਕ ਪਰਮਿਟ ਨਹੀਂ ਹੈ ਉਹ ਕੰਪਨੀ ਦਾ ਓਨਰ ਜ਼ਰੂਰ ਬਣ ਸਕਦਾ ਆ ਉਹ 49% ਦਾ 50% ਦਾ ਜਿੰਨਾ ਵੀ ਉਹ ਤੁਹਾਡਾ ਅਕਾਊਂਟੈਂਟ ਦੱਸ ਦਊਗਾ ਇੱਕ ਕੰਪਨੀ ਖੋਲੋ ਜਿੰਨੇ ਨੂੰ 2 ਸਾਲ ਚ ਤੁਹਾਡਾ ਕੋਰਸ ਪੂਰਾ ਹੁੰਦਾ ਆ ਤਾਂ ਹੌਲੀ ਹੌਲੀ ਤੁਸੀਂ ਉਸ ਕੰਪਨੀ ਨੂੰ ਵੀ ਗਰੋ ਕਰ ਲੈਣੇ ਹੋ ਐਜ਼ ਓਨਰ ਤੁਸੀਂ ਕੰਮ ਕਰ ਸਕਦੇ ਹੋ ਇਹਨੂੰ ਅਸੀਂ ਓਨਰ ਆਪਰੇਟਰ ਵੀ ਕਹਿ ਦਿੰਨੇ ਆ ਇਹਨੂੰ ਅਸੀਂ ਕੰਪਨੀ ਦਾ ਪ੍ਰੋਫਾਈਲ ਵੀ ਇੱਕ ਬਿਲਡ ਕਰਨ ਵਾਲੀ ਗੱਲ ਕਹਿ ਦਿੰਨੇ ਆ ਤੇ 2 ਸਾਲ ਬਾਅਦ ਜਦੋਂ ਤੁਸੀਂ ਆਪਣੀ ਪੜ੍ਹਾਈ ਖਤਮ ਕਰੋ ਜਾਂ ਤੁਹਾਡਾ ਸਟਰਗਲ ਦਾ ਪੀਰੀਅਡ ਖਤਮ ਹੁੰਦਾ ਆ ਤਾਂ ਤੁਸੀਂ ਉਸੇ ਦੇ ਵਿੱਚ ਹੀ ਆਪਣੀ ਐਲ ਐਮ ਆਈਏ ਜਿਹਨੂੰ ਅਸੀਂ ਵਰਕ ਪਰਮਿਟ ਲਈ ਯੂਜ਼ ਕਰਦੇ ਆ ਜਿਹਦੇ ਲਈ ਅਸੀਂ 40 40 50 50000 ਡਾਲਰ ਦੇਣ ਨੂੰ ਤਿਆਰ ਆ ਉਸੇ ਦੇ ਵਿੱਚ ਹੀ ਤੁਹਾਨੂੰ ਤੁਹਾਡੀ ਐਲ ਐਮ ਆਈਏ ਮਿਲ ਜਾਣੀ ਹੈ ਬਹੁਤ ਪੈਸੇ ਸੇਵ ਕਰ ਸਕਦੇ ਹੋ ਮੇਰੇ ਖਿਆਲ ਗਿੱਲ ਸਾਹਿਬ ਇਹ ਸੇਵਿੰਗਸ ਨੇ ਜਿਹੜੀਆਂ ਜੀ ਜੇ ਇਹੀ ਹੋਣ ਲੱਗ ਜੜ ਤਾਂ ਇਹੀ ਕਮਾਈ ਆ ਜਿਹੜਾ ਇਹ ਕਮਾਈ ਆ ਜਿਹਤੋਂ ਸਾਡਾ ਟਾਪਿਕ ਅੱਜ ਦਾ ਸ਼ੁਰੂ ਹੋਇਆ ਸੀ ਵੀ ਇੰਨੇ ਪੈਸੇ ਦੀ ਜ਼ਰੂਰਤ ਕਿਉਂ ਆ ਕਿਉਂ ਕਿ ਕਿਸ ਨੇ ਕਿਹਾ ਜੀ ਅਖੇ 10000 ਡਾਲਰ ਚਾਹੀਦਾ ਲੈ ਭਾਈ ਚੱਕ ਮੇਰਾ ਆ ਕੰਮ ਕਰ ਦੇ ਜੀ 20000 ਡਾਲਰ ਚਾਹੀਦਾ ਲੈ ਭਾਈ ਗਿੱਲ ਆ ਚੱਕ ਮੇਰਾ ਆ ਕੰਮ ਕਰ ਦੇ ਸੋ ਗਿਲ ਸਰ ਇਹ ਚੀਜ਼ਾਂ ਤੋਂ ਮੈਨੂੰ ਲੱਗਦਾ ਇਸ ਕੰਟਰੀ ਦੇ ਵਿੱਚ ਜੇ ਅਸੀਂ ਸੇਵ ਕਰਦੇ ਆ ਉਹ ਸਭ ਤੋਂ ਵੱਡੀ ਕਮਾਈ ਹੈ ਬਿਲਕੁਲ ਜੀ ਆਪਸ਼ਨਸ ਬਹੁਤ ਨੇ ਪਰ ਆਪਸ਼ਨਸ ਨੂੰ ਸਮਝਣ ਦੀ ਜ਼ਰੂਰਤ ਆ ਅਵੇਲ ਕਰਨ ਦੀ ਜ਼ਰੂਰਤ ਆ ਜੀ ਬੜੀਆਂ ਆਪਸ਼ਨਸ ਨੇ ਬੜੀਆਂ ਇਹ ਕੰਟਰੀ ਦੇ ਵਿੱਚ ਜਿਹੜੀਆਂ ਸਹੂਲਤਾ ਨੇ ਉਹ ਹੈਗੀਆਂ ਨੇ ਪਰ ਕਈ ਵਾਰ ਨਾ ਆਪਾਂ ਜਿਵੇਂ ਕਹਿੰਦੇ ਆ ਜਹਜਾ ਆਪਣੀ ਸੁਸਾਇਟੀ ਆ ਜੀ ਆਪਾਂ ਉਦਾਂ ਦੀ ਹੋ ਜਾਂਦੇ ਆ ਕਈ ਵਾਰ ਆਪਾਂ ਸਹੀ ਬੰਦਿਆਂ ਤੋਂ ਗਾਈਡੈਂਸ ਨਹੀਂ ਲੈਂਦੇ ਜਦੋਂ ਆਪਾਂ ਗਾਈਡੈਂਸ ਲਵਾਂਗੇ ਨਾ ਨਵੇਂ ਆਉਣੇ ਆ ਬਿਲਕੁਲ ਜਿਹੜੇ ਬੰਦੇ ਇਥੇ ਸਕਸੈਸ ਹੋਏ ਨੇ ਉਹਨਾਂ ਨਾਲ ਬੈਠੋ ਜ਼ਰੂਰ ਪੁੱਛੋ ਕੁਐਸਚਨਸ ਪੁੱਛੋ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣਾ ਸਾਰਾ ਜਿਹੜਾ ਆਪਣਾ ਸਟੈਬਲਿਸ਼ਮੈਂਟ ਆ ਉਹ ਕਰਨੀ ਆ ਕਿਸ ਤਰੀਕੇ ਦੇ ਨਾਲ ਜਿਹੜੇ ਆਪਣੇ ਬਿਜ਼ਨੈਸਸ ਨੇ ਉਹ ਸੈੱਟ ਕਰਨੇ ਨੇ ਪਰ ਰਿਕਵੈਸਟ ਇੱਕੋ ਹੀ ਆ ਜਿਹੜੀ ਵੀ ਅਸੀਂ ਅੱਜ ਗੱਲਬਾਤ ਕੀਤੀ ਆ ਕਿ ਸ਼ਾਰਟਕਟ ਤੋਂ ਪਲੀਜ਼ ਬਚੋ ਜਿੰਨੇ ਇਲੀਗਲ ਕੰਮਸ ਹੁੰਦੇ ਨੇ ਚਾਹੇ ਉਹ ਡਰੱਗ ਦੇ ਰਿਲੇਟਿਡ ਕੰਮ ਕੋਈ ਵੀ ਹੁੰਦਾ ਚਾਹੇ ਉਹ ਚੋਰੀਆਂ ਚਕਾਰੀਆਂ ਨੇ ਜਾਂ ਠੱਗੀ ਠੋਰੀ ਦੇ ਲਈ ਵੀ ਤੁਹਾਨੂੰ ਲੋਕ ਬੜੇ ਅਨਕਰੇਜ ਕਰਦੇ ਹੋਣਗੇ ਤੁਸੀਂ ਐ ਕਰ ਲਓ ਤੁਸੀਂ ਉਹ ਕਰ ਲਓ ਉਹਨਾਂ ਤੋਂ ਸਾਰਿਆਂ ਤੋਂ ਬਚੋ ਵੱਧ ਤੋਂ ਵੱਧ ਇਸ ਕੰਟਰੀ ਦੇ ਵਿੱਚ ਸਕਸੈਸ ਹੋਣ ਦੇ ਲਈ ਜਦੋਂ ਤੁਸੀਂ ਇੱਕ ਵਾਰ ਆਪਣਾ ਸਾਰਾ ਸਟੱਡੀ ਖਤਮ ਕਰ ਲਈ ਆਪਣੇ ਵਰਕ ਪਰਮਿਟ ਕਰ ਲਏ ਤੁਸੀਂ ਪੀਆਰ ਹੋ ਗਏ ਜਾਂ ਜਿਹੜੇ ਪੀਆਰ ਆਏ ਨੇ ਜੋ ਮੈਂ ਆਪਣਾ ਤਜਰਬਾ ਦੇਖਿਆ ਜਿਆਦਾ ਤੋਂ ਜ਼ਿਆਦਾ ਤੁਹਾਨੂੰ 4 ਤੋਂ 5 ਸਾਲ ਲੱਗਣੇ ਨੇ ਆਫਟਰ 5 ইয়ার ਤੁਸੀਂ ਦੇਖਿਓ ਤੁਹਾਡੀ ਜਿਹੜੀ ਲਾਈਨ ਆ ਬਿਲਕੁਲ ਤੁਹਾਡੀ ਟਰੈਕ ਤੇ ਹੋਵੋਗੇ ਔਰ ਤੁਹਾਡੇ ਕੋਲ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ ਰੋਟੀ ਕੱਪੜਾ ਤੇ ਮਕਾਨ ਜਿਹੜੀਆਂ ਇਹ ਚਾਹੀਦੀਆਂ ਨੇ ਤੁਹਾਡੇ ਕੋਲ ਸਾਰੀਆਂ ਹੋਣਗੀਆਂ ਆ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਰੱਖੋਗੇ ਬੜਾ ਕੁਝ ਕਰੋਗੇ ਪਰ ਇੱਕ ਵਧੀਆ ਇੱਕ ਪ੍ਰੋਪਰ ਲਾਈਫ ਜਿਉਣ ਦੇ ਲਈ ਜਿੰਨੀ ਕਿ ਸਾਨੂੰ ਜ਼ਰੂਰਤ ਆ ਇੱਕ ਵਧੀਆ ਜ਼ਿੰਦਗੀ ਉਹ ਤੁਹਾਡੇ ਕੋਲੇ ਜ਼ਰੂਰ ਹੋਊਗੀ ਠੱਗਿਆ ਠੋਰੀਆਂ ਦੀ ਗੱਲ ਤਾਂ ਗਿੱਲ ਸਾਹਿਬ ਨੇ ਕਰਤੀ ਬਚਣ ਦੀ ਲੋੜ ਐ ਇਲੀਗਲ ਧੰਦੇਆਂ ਤੋਂ ਬਚਣ ਦੀ ਲੋੜ ਐ ਇਦੇ ਨਾਲ ਨਾਲ ਨਿੱਕੀਆਂ ਚੀਜ਼ਾਂ ਦੀ ਮੈਂ ਗੱਲ ਕਰ ਦਿੰਨਾ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰ ਲੈਨੇ ਆ ਈਵਨ ਅਸੀਂ ਰੋਡ ਵੀ ਜੇ ਗਲਤ ਕ੍ਰਾਸ ਕਰਦੇ ਆ ਜੇ ਅਸੀਂ ਇਸ਼ਾਰਾ ਕਿਸੇ ਹੋਰ ਪਾਸੇ ਦਾ ਦਿੱਤਾ ਸੀ ਲੈਫਟ ਲੇਨ ਦੇ ਵਿੱਚ ਖੜੇ ਆ ਇੱਕਦਮ ਯਾਦ ਆ ਜਾਂਦਾ ਕਿ ਰਾਈਟ ਲੇਨ 'ਚ ਜਾਣਾ ਸੀ ਮੈਂ ਤਾਂ ਸਿੱਧੇ ਜਾਣਾ ਸੀ ਇਹ ਚੀਜ਼ਾਂ ਤੋਂ ਵੀ ਅਸੀਂ ਗੁਰੇਜ਼ ਕਰੀਏ ਕਿਉਂਕਿ ਜੇ ਲੈਫਟ ਲੇਨ 'ਚ ਗਲਤੀ ਨਾਲ ਚਲੇ ਗਏ ਇੱਕ ਮੋੜ ਵੱਧ ਪੈ ਜਾਊਗਾ ਪਰ ਤੁਸੀਂ ਇਸ ਕੰਟਰੀ ਦਾ ਲੀਗਲ ਸਿਸਟਮ ਨਹੀਂ ਤੋੜੋਗੇ ਇੱਥੇ ਦੇ ਰੂਲ ਨਹੀਂ ਤੋੜੋਗੇ ਇੱਥੇ ਦੀਆਂ ਪੁਲਿਸ ਦੀਆਂ ਨਜ਼ਰਾਂ 'ਚ ਤੁਸੀਂ ਕ੍ਰਾਈਮਨਲ ਨਹੀਂ ਬਣੋਗੇ ਕਿਉਂਕਿ ਜੇ ਗੱਡੀ ਦਾ ਜੀ ਨੂੰ ਅਸੀਂ ਪੰਜਾਬੀ ਚ ਚਲਾਨ ਕਹਿ ਦਿੰਨੇ ਆ ਇੱਥੇ ਟਿਕਟ ਕਹਿ ਦਿੰਦੇ ਆ ਉਹਦੇ ਤੋਂ ਵੀ ਬਚਣਾ ਚਾਹੀਦਾ ਆ ਉਹ ਵੀ ਤੁਹਾਡੇ ਕਰਾਇਮ ਦੇ ਵਿੱਚ ਗਣੀ ਜਾਂਦੀ ਹੈ ਉਹ ਵੀ ਤੁਹਾਡੇ ਲਾਇਸੈਂਸ ਦੇ ਨੰਬਰ ਕੱਟਦੇ ਨੇ ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਵੀ ਬਚੜਾ ਜੇ ਰੈੱਡ ਲਾਈਟ ਹੈ ਤੇ ਅਸੀਂ ਭੱਜ ਕੇ ਰੋਡ ਕ੍ਰੋਸ ਕਰਦੇ ਆ ਉਹਦੇ ਨਾਲ ਸਾਡੀ ਜਾਨ ਨੂੰ ਤਾਂ ਖਤਰਾ ਹੈਗਾ ਹੀ ਹੈਗਾ ਆ ਨਾਲ ਅਸੀਂ ਰੈਕਡ ਦੇ ਵਿੱਚ ਆ ਜਾਂਦੇ ਆ ਕਿ ਭਾਈ ਇਹਨ ਇਲੀਗਲੀ ਕ੍ਰੋਸ ਕੀਤੀ ਜੀ ਉਸ ਵੇਲੇ ਤੁਹਾਨੂੰ ਕੋਈ ਹਿੱਟ ਕਰ ਗਿਆ ਕੇਸ ਭਾਵੇਂ ਕੋਰਟ ਦੇ ਵਿੱਚ ਚਲਾ ਜਾਊਗਾ ਛੇਤੇ ਨੇ ਪਟਾਰੇ ਹੋ ਜਾਂਦੇ ਨੇ ਇੱਥੇ ਕੇਸਾਂ ਦੇ ਪਰ ਜੇ ਤੁਹਾਡੀ ਗਲਤੀ ਹੈ ਤੁਸੀਂ ਲਾਲ ਲਾਈਟ ਤੇ ਪੈਦਲ ਪੈਡੇਸਟਰੀਅਨ ਵੇ ਤੋਂ ਨਹੀਂ ਕ੍ਰੋਸ ਕਰ ਰਹੇ ਤਾਂ ਤੁਹਾਡੇ ਪਰਿਵਾਰ ਨੂੰ ਕੁਝ ਨਹੀਂ ਮਿਲਣਾ ਕੋਈ ਇੰਸ਼ੋਰੈਂਸ ਕਲੇਮ ਨਹੀਂ ਹੈ ਕੁਝ ਨਹੀਂ ਹੈ ਉਹਦੇ ਵਿੱਚ ਸੋ ਹਰੇਕ ਚੀਜ਼ ਤੋਂ ਬਚੋ ਜਿਹੜੀ ਗਿੱਲ ਸਾਹਿਬ ਨੇ ਉਹ ਗੋ ਫੰਡ ਵਾਲੀ ਗੱਲ ਕੀਤੀ ਸੀਗੀ ਪਿੱਛੇ ਜੇ ਮੈਂ ਵੀ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਇੱਕ ਨੌਜਵਾਨ ਮੁੰਡੇ ਦੀ ਐਕਸੀਡੈਂਟ ਦੇ ਵਿੱਚ ਹੱਤਿਆ ਹੋ ਗਈ ਆ ਤੇ ਉਹਦਾ ਉਹਦੇ ਲਈ ਫੰਡ ਇਕੱਠੇ ਕੀਤੇ ਜਾ ਰਹੇ ਨੇ ਕਿ ਉਹਦੇ ਪਰਿਵਾਰ ਨੂੰ ਜਾਂ ਉਹਦੀ ਬੋਡੀ ਨੂੰ ਇੰਡੀਆ ਭੇਜਣਾ ਹੈ ਸੋ ਇਹਨਾਂ ਚੀਜ਼ਾਂ ਦੀਆਂ ਇੰਸ਼ੋਰੈਂਸਿਸ ਦੇ ਲਈ ਅਸੀਂ ਪਹਿਲਾਂ ਹੀ ਆਪਣਾ ਬੰਦੋਬਸਤ ਕਰਨਾ ਸ਼ੁਰੂ ਕਰ ਦਈਏ ਤਾਂ ਕਿ ਬਾਅਦ ਦੇ ਵਿੱਚ ਸਾਡੇ ਪਰਿਵਾਰ ਨਾ ਰੁੱਲਦੇ ਫਿਰਨ ਇਹਨਾਂ ਚੀਜ਼ਾਂ ਦੀ ਕੋਸ਼ਿਸ਼ ਜ਼ਰੂਰ ਕਰੀਏ ਗਿਲ ਸਾਹਿਬ ਅਖੀਰ ਦੇ ਬਿਲਕੁਲ ਜੀ ਲਾਸਟ ਦੇ ਵਿੱਚ ਇਹੀ ਹੈ ਜੀ ਅਗੇਨ ਕਿ ਇਹ ਕੰਟਰੀ ਆ ਜਿਸ ਆਪਾਂ ਸੁਪਨੇ ਲੈ ਕੇ ਕੈਨੇਡਾ ਕੰਟਰੀ ਦੇ ਵਿੱਚ ਆਏ ਆ ਤੇ ਉਹ ਜਿਹੜੇ ਸੁਪਨੇ ਨੇ ਸਾਰਿਆਂ ਦੇ ਜ਼ਰੂਰ ਸਕਾਰ ਹੋਣਗੇ ਪਰ ਸਹੀ ਤਰੀਕੇ ਦੇ ਨਾਲ ਜੋ ਸਾਡੀ ਕਮਿਊਨਿਟੀ ਦਾ ਨਾਮ ਬਾਹਰ ਖਰਾਬ ਹੋ ਰਿਹਾ ਚਾਹੇ ਉਹ ਕਿਸੇ ਦੀ ਵੀ ਵਜ੍ਹਾ ਕਰਕੇ ਆ ਚਾਹੇ ਉਹ ਥੋੜੇ ਲੋਕ ਹੀ ਨੇ ਪਰ ਉਹਨਾਂ ਦੀ ਵਜ੍ਹਾ ਕਰਕੇ ਜਿਹੜਾ ਖਰਾਬ ਹੋ ਰਿਹਾ ਉਹਨੂੰ ਧੂਣ ਦੀ ਕੋਸ਼ਿਸ਼ ਕਰੀਏ ਰੀਜ਼ਨ ਕੀ ਸੀਗੀ ਜਦੋਂ ਸਾਡੇ ਬਜ਼ੁਰਗ ਆਏ ਸੀਗੇ ਉਹਨਾਂ ਦੇ ਨਾਲ ਬਹੁਤ ਰੇਸਿਜ਼ਮ ਕੀਤਾ ਜਾਂਦਾ ਸੀ ਕਿਉਂਕਿ ਉਹ ਛੋਟੀ ਤਦਾਦ ਦੇ ਵਿੱਚ ਸੀਗੇ ਘੱਟ ਤਦਾਦ ਦੇ ਵਿੱਚ ਸੀਗੇ ਇਸ ਕਰਕੇ ਰੇਸਿਜ਼ਮ ਹੁੰਦਾ ਸੀ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਬੜੇ ਵੱਡੇ ਲੈਵਲ ਦੇ ਕਾਰੋਬਾਰ ਕੀਤੇ ਤੇ ਇਸ ਕੰਟਰੀ ਦੇ ਵਿੱਚ ਇੱਕ ਰੋਤਵਾ ਬਣਾਇਆ ਪਰ ਉਸ ਤੋਂ ਬਾਅਦ ਸਾਡੀ ਬਹੁਤਾਤ ਵਧੀ ਬਹੁਤ ਆਦ ਬਦਲਣ ਤੋਂ ਬਾਅਦ ਦੁਆਰਾ ਤੋਂ ਫੇਰ ਉਲਟਾ ਕੰਮ ਸ਼ੁਰੂ ਹੋ ਗਿਆ ਕਿ ਹੁਣ ਗਲਤ ਕੰਮਾਂ ਦੇ ਵਿੱਚ ਅਸੀਂ ਲੋਕ ਸ਼ਾਮਲ ਹੋ ਗਏ ਤੇ ਉਹਦੇ ਨਾਲ ਜਿਹੜਾ ਸਾਡਾ ਅਕਸਾ ਫੇਰ ਖਰਾਬ ਹੋ ਰਿਹਾ ਫਿਰ ਅਸੀਂ ਕਹਿ ਦਿੰਨੇ ਆ ਕਿ ਰੇਸਿਜ਼ਮ ਹੁੰਦਾ ਪਰ ਇਹਨਾਂ ਦੀਆਂ ਤੋਂ ਬਚੀਏ ਕਿਉਂਕਿ ਇਹ ਕੰਟਰੀ ਬਹੁਤ ਵਧੀਆ ਕੰਟਰੀ ਆ ਇਸ ਕੰਟਰੀ ਨੇ ਸਾਨੂੰ ਬਹੁਤ ਕੁਝ ਦਿੱਤਾ ਸੋ ਇਹੀ ਉਮੀਦ ਕਰਦੇ ਆ ਕਿ ਜਿੰਨੀਆਂ ਗੱਲਾਂ ਬਾਤਾਂ ਅੱਜ ਅਸੀਂ ਕੀਤੀਆਂ ਨੇ ਅਗਰ ਇਹ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਦੋ ਜਾਣੇ ਵੀ ਸਾਡੀ ਗੱਲ ਦੇ ਉੱਤੇ ਅਸਰ ਕਰ ਦੇ ਤਾਂ ਸਾਡਾ ਜਿਹੜਾ ਇਹ ਅੱਧਾ ਘੰਟਾ ਪੌਣਾ ਘੰਟਾ ਲਾਇਆ ਤੁਹਾਡੇ ਨਾਲ ਇਹ ਸਕਸੈਸਫੁਲ ਹੋਊਗਾ ਇਸੇ ਉਮੀਦ ਦੇ ਨਾਲ ਸਾਰਿਆਂ ਨੂੰ ਪਿਆਰ ਸਤਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਗਿਲਸਾਬ ਤੁਸੀਂ ਪਲੀਜ਼ ਆਪਣਾ ਫੋਨ ਨੰਬਰ ਦੱਸ ਦਿਓ ਮੇਰਾ ਫੋਨ ਨੰਬਰ ਦੋਸਤੋ 226 962 9964 226 962 9964 ਸੋ ਗਿਲਸਾਬ ਵੀ ਆਪਣਾ ਨੰਬਰ ਦੱਸ ਦਿੰਦੇ ਨੇ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ ਸਿਰਫ ਡਿਪਰੈਸ਼ਨ ਚ ਨਹੀਂ ਜਾਣਾ ਕਿਸੇ ਵੇਲੇ ਵੀ ਕਾਲ ਕਰ ਲਿਓ ਜੇ ਕਿਸੇ ਵੇਲੇ ਰਾਤ ਨੂੰ ਫੋਨ ਬੰਦ ਆ ਤਾਂ ਸਵੇਰ ਨੂੰ ਆਨ ਹੋਊਗਾ ਜ਼ਰੂਰ ਕਾਲ ਕਰ ਲਿਓ ਪਰ ਡਿਪਰੈਸ਼ਨ ਚ ਨਾ ਜਾਇਓ ਔਰ ਗਲਤ ਕੰਮ ਨਾ ਚਨਾ ਫਸਿਓ ਕਦੇ ਵੀ ਬਿਲਕੁਲ ਜੀ ਖਾਸ ਕਰਕੇ ਸਾਡੀਆਂ ਬੱਚੀਆਂ ਨੇ ਛੋਟੀਆਂ ਨੇ ਜ਼ਰੂਰ ਕਈ ਵਾਰ ਤੁਹਾਡੇ ਦੇ ਕਿਸੇ ਕਿਸਮ ਦਾ ਪ੍ਰੈਸ਼ਰ ਹੁੰਦਾ ਕਿਸੇ ਦਾ ਤੁਸੀਂ ਪ੍ਰੈਸ਼ਰ ਦੇ ਵਿੱਚ ਆ ਕੇ ਗਲਤ ਸਟੈਪ ਲੈ ਲਮੋ ਤਾਂ ਆਲਵੇਜ਼ ਕਾਲ ਕਰ ਲਿਓ 647 766 00646477660064 ਕਿਉਂਕਿ ਰੀਜ਼ਨ ਇਹ ਆ ਕਿ ਕਈ ਵਾਰ ਆਪਣੇ ਇੱਥੇ ਕੋਈ ਨਹੀਂ ਹੁੰਦਾ ਅਸੀਂ ਕੋਈ ਗਲਤ ਸਟੈਪ ਚੱਕ ਜਾਂਦੇ ਆ ਅਸੀਂ ਵੀ ਤੁਹਾਡੇ ਭਰਾਵਾਂ ਵਰਗੇ ਆ ਅਸੀਂ ਤੁਹਾਡੇ ਮਾਂ-ਬਾਪ ਵਰਗੇ ਆ ਤੇ ਉੱਥੇ ਉਹ ਬੈਠੇ ਨੇ ਤਾਂ ਅਸੀਂ ਤੁਹਾਡੀ ਇੱਥੇ ਹੈਲਪ ਜਿੰਨੀ ਕਰ ਸਕਦੇ ਆ ਤਾਂ ਜ਼ਰੂਰ ਕਰਾਂਗੇ ਤੁਹਾਨੂੰ ਪ੍ਰੋਪਰ ਜਿਹੜੀ ਗਾਈਡ ਆ ਉਹ ਜ਼ਰੂਰ ਕਰਾਂਗੇ ਇਸ ਕੰਟਰੀ ਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਮਤਾਬਕ ਸੋ ਜ਼ਰੂਰ ਅਗਰ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ ਕੋਈ ਸਲਾਹ مشورہ ਕਰਨਾ ਕੋਈ ਸਲਾਹ ਲੈਣੀ ਆ ਕਿਸੇ ਅੰਡਰ ਪ੍ਰੈਸ਼ਰ ਹੋ ਕੋਈ EMPLOYER ਤੰਗ ਕਰਦਾ ਤਾਂ 6477680064 ਨੰਬਰ ਤੇ ਕਾਲ ਕਰ ਲੈ